ਉੱਗੇ ਕਹਾਣੀਕਾਰ ਜਸਵੀਰ ਰਾਣਾ ਹੋਰਾਂ ਦੀ ਲਿਖੀ ਹੋਈ ਕਹਾਣੀ ਹੈ ਬੱਗਾ ਬਦਮਾਸ਼ ਬੱਗੇ ਨੇ ਸਿਰਫ ਵਾਰਦਾਤ ਹੀ ਨਹੀਂ ਕੀਤੀ ਉਹ ਪਿੰਡੋਂ ਵੀ ਫਰਾਰ ਹੋ ਗਿਆ ਸੀ ਚਾਰੇ ਪਾਸੇ ਤਰਥੱਲੀ ਮੱਚੀ ਪਈ ਸੀ ਡਾਂਗਾ ਗੰਡਾਸਿਆ ਨਾਲ ਲੈਸ ਹੋ ਕੇ ਸਾਰਾ ਵਿੜਾ ਦੂਰ ਦੂਰ ਤੱਕ ਉਹਨੂੰ ਭਾਲ ਆਇਆ ਸੀ ਪਰ ਬੱਗਾ ਤਾਂ ਦੂਰ ਕਿਸੇ ਨੂੰ ਉਹਦਾ ਮੁਸ਼ਕ ਤੱਕ ਨਾ ਲੱਭਾ ਇਹਰਾ ਥਿਆਜ ਇਹ ਵੱਡਾ ਬਦਮਾਸ਼ ਜੇ ਦਰਵਾਜ਼ੇ 'ਚ ਖੜਾ ਕੇ ਡੱਕਰੇ ਨਾ ਕਰੇ ਤਾਂ ਇਹ ਕੀ ਜਾਣੂ ਸਾਨੂੰ ਤੈਸ਼ ਵਿੱਚ ਆਇਆ ਬੇੜੇ ਦਾ ਬੱਚਾ ਬੱਚਾ ਦੰਦ ਪੀ ਰਿਹਾ ਸੀ ਜਿੱਧਰ ਵੇਖੋ ਬੱਗਾ ਹੀ ਬੱਗਾ ਜਿਵੇਂ ਕਿਸੇ ਕੋਲ ਕਰਨ ਲਈ ਕੋਈ ਹੋਰ ਗੱਲ ਹੀ ਨਾ ਰਹਿ ਗਈ ਹੋਵੇ ਗੁਰਦੁਆਰੇ ਸ਼ਿਵਾਲੇ ਹਰੀ ਸਿਉਂ ਦੀ ਸਮਾਦ ਤੋਂ ਲੈ ਕੇ ਬਾਸੜੇ ਬਾੜੇ ਚੌਂਤਰੇ ਤੱਕ ਚਾਰੇ ਪਾਸੇ ਹੀ ਬੱਗੇ ਦੀ ਚਰਚਾ ਇਹ ਨੂੰ ਬਥੇਰਾ ਸਮਝਾਉਂਦੇ ਰਹੇ ਪਰ ਟਲਿਆ ਨਹੀਂ ਕਾਰਾ ਕਰਨ ਤੋਂ ਦਰਵਾਜ਼ੇ ਵਾਲੀਆਂ ਚੌਂਕੜੀਆਂ ਤੇ ਵੀ ਅੱਜ ਤਾਸ਼ ਦੀ ਥਾਂ ਬੱਗਾ ਹੀ ਫੈਂਟਿਆ ਜਾ ਰਿਹਾ ਸੀ ਉੰਜ ਗੱਬੇ ਬੋਰੀ ਉਸੇ ਤਰ੍ਹਾਂ ਵੇਛੀ ਹੋਈ ਪਰ ਅੱਜ ਤਾਸ਼ ਨਹੀਂ ਸੀ ਚੱਲੀ ਬੰਦ ਦੀ ਬੰਦ ਡੱਬੀ ਬੋਰੀ ਤੇ ਇੱਕ ਪਾਸੇ ਰੱਖੀ ਪਈ ਸੀ ਓਏ ਇਹ ਤਾਂ ਇੱਕ ਦਿਨ ਹੋ ਗਏ ਰਹਿਣਾ ਸੀ ਅੱਤ ਵੀ ਹੁਣ ਤਾਂ ਬਾੜੀ ਚੱਕੀ ਹੋਈ ਸੀ ਸਹਰੇ ਨੇ ਮਿੰਦਰ ਕਾਨਾ ਜਿਵੇਂ ਘਟਨਾ ਪਿੱਛੇ ਕੰਮ ਕਰਦੇ ਤੱਥਾਂ ਦੀ ਪਛਾਣ ਕਰਾ ਰਿਹਾ ਸੀ ਤਾਇਆ ਨਾਲੇ ਕਹਿੰਦੇ ਸ਼ੀਰਾਂ ਤਾਂ ਹਸਪਤਲ ਲੱਜਾਂਦੇ ਹੋਏ ਰਾਹ 'ਚ ਹੀ ਮਰ ਗਈ ਪਰ ਨਾ ਜਿਆ ਲੋਟ ਕਰਦੇ ਹੋਏ ਜੈਲੇ ਨੇ ਨਮੀ ਹੀ ਛੁਰਲੀ ਛੱਡੀ ਓਏ ਬੱਸ ਕਰ ਰਹਿਣ ਦੇ ਮਗਜੌਲੀ ਨੂੰ ਲੋਕ ਸਾੜੇ ਗੱਲ ਦਾ ਗਲਕੜ ਬਣਾਉਣ ਨੂੰ ਮੈਂਟ ਨਹੀਂ ਪੈਣ ਦਿੰਦੇ ਪੁਲਸੀਏ ਨੇ ਜਿਵੇਂ ਜੈਲੇ ਦੇ ਮੂੰਹ ਤੇ ਹੱਥ ਰੱਖ ਕੇ ਚੁੱਪ ਕਰਵਾ ਦਿੱਤਾ ਹੋਵੇ ਉੜਦੀ ਉੜਦੀ ਗੱਲ ਤਾਂ ਅਸੀਂ ਵੀ ਸੁਣੀ ਹੈ ਬਈ ਪਰ ਤੂੰ ਚੌਂਕੜੀਆਂ ਤੇ ਬੈਠੀ ਟਾਣੀ ਵਿੱਚੋਂ ਕਈ ਆਵਾਜ਼ਾਂ ਸਵਾਲੀਆ ਨਿਸ਼ਾਨ ਬਣ ਕੇ ਪੁਲਸੀਏ ਤੇ ਝਪੜੀਆਂ ਮਰੀ ਤਾ ਨਹੀਂ ਬਚ ਗਈ ਪਰ ਦੱਸਦੇ ਨੇ ਬਦਮਾਸ਼ ਨੇ ਕਸਰ ਕੋਈ ਨਹੀਂ ਛੱਡੀ ਮਾਰਨ ਚ ਰੁੱਲਦੂ ਸੈਸੀ ਦੱਸਤਾ ਤੀ ਕਹਿੰਦਾ ਮੈਂ ਹਸਤਾਲ ਜਾ ਕੇ ਆਇਆ ਸੱਜੀ ਬਾਹ ਪੰਨਤੀ ਦੋ ਥਾਮਿਓ ਸਿਰ ਕਹਿੰਦੇ ਖੱਦਰ ਵਾਂਗ ਪਾੜਿਆ ਪਿਆ ਅਣਗਿਣਤ ਟਾਂਕੇ ਲੱਗੇ ਨੇ ਇੱਕ ਅੱਖ ਪੰਨਤੀ ਸਾਰਾ ਜੁਵਾੜਾ ਹਲਿਆਤਾ ਕਹਿੰਦੇ ਚਾਰੇ ਪਾਸੇ ਨਾਲੀਆਂ ਹੀ ਨਾਲੀਆਂ ਲਾਈਆਂ ਪਈਆਂ ਨੇ ਡਾਕਟਰਾਂ ਨੇ ਪੁਲਸੀਆ ਸਾਰਿਆਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਲੱਗ ਪਿਆ ਨਾ ਤੈਨੂੰ ਰੁਲਦੂ ਕੋਦੋਂ ਮਿਲ ਪਿਆ ਬਈ ਕਈਆਂ ਨੂੰ ਜਿਵੇਂ ਅਜੇ ਵੀ ਸ਼ੱਕ ਸੀ ਉਹ ਇੱਕ ਕੱਲ ਨੂੰ ਪਮਾਦ ਕਰਨੈ ਅਸੀਂ ਮੈਂ ਤਾਂ ਵਿਹੜੇ 'ਚ ਦਿਹਾੜੀਏ ਕਰਨ ਗਿਆ ਤੀ ਉੱਥੇ ਆਹੀ ਗੱਲਾਂ ਚੱਲਦੀਆਂ ਸੀ ਰੁਲਦੂ ਸਹੀ ਦੱਸਦਾ ਸੀ ਲੋਕਾਂ ਨੂੰ ਸਾਰਿਆਂ ਨੂੰ ਚੁੱਪ ਕਰਵਾ ਕੇ ਪੁਰਸੀਆ ਉਹ ਤਾਂ ਬਰੋਟੇ ਵੱਲ ਨੂੰ ਝਾਕਣ ਲੱਗ ਪਿਆ ਬਰੋਟੇ ਤੇ ਬੈਠੇ ਕਿਸੇ ਜਾਨਵਰ ਨੇ ਉਹਦੇ ਸਿਰ ਵਿੱਚ ਬੈਠ ਮਾਰੀ ਸੀ ਚੌਂਕੜੀਆਂ ਉੱਪਰ ਡਿੱਗੇ ਪਏ ਪੱਤਿਆਂ ਵਿੱਚੋਂ ਇੱਕ ਚੌੜਾ ਜਿਹਾ ਪੱਤਾ ਚੁੱਕ ਕੇ ਉਹ ਵਿੱਠ ਪੁੰਜਣ ਲੱਗ ਪਿਆ ਆਹ ਬੈਠਖਾਨੇ ਨੇ ਵੀ ਬੜਾ ਤੰਗ ਕਰਿਆ ਜਦੋਂ ਵਿੱਚੋਂ ਹੀ ਕਿਸੇ ਨੇ ਉਹ ਤਾਂ ਬਰੋਟੇ ਵੱਲ ਨੂੰ ਬਾਹਾਂ ਉਲਾਰ ਕੇ ਲਲਕਾਰਾ ਛੱਡਿਆ ਤਾਂ ਜੈਲਾ ਪੂਰਾ ਜ਼ੋਰ ਤਾਣ ਲਾ ਕੇ ਵੀ ਆਪਣੀ ਹਾਸੀ ਨਿਕਲ ਨੋ ਨਾ ਰੋਕ ਸਕਿਆ ਪਹਿਲਾਂ ਤਾਂ ਲੋਕ ਉਹੀ ਕਹਿੰਦੇ ਸੀ ਅਸਲੀ ਬਦਮਾਸ਼ ਤਾਂ ਮੁੰਡਾ ਹੁਣ ਬਣਿਆ ਬੱਗਾ ਬਦਮਾਸ਼ ਹੈ ਸਿਆਣੀ ਦਾੜੀ ਤੇ ਹੱਥ ਫੇਰਦਾ ਹੋਇਆ ਸ਼ੇਰਾ ਮਿਸਤਰੀ ਉਹਦੇ ਵੱਲ ਸਿਆਣਪ ਭਰੀਆਂ ਨਜ਼ਰਾਂ ਨਾਲ ਚਾਕੜ ਲੱਗ ਪਿਆ ਜੈਲਾ ਛੇਪ ਜੀ ਮੰਨ ਗਿਆ ਦੋ ਕਮਿੰਟ ਤਾਂ ਨੀਮੀ ਪਾ ਕੇ ਬੈਠਾ ਰਿਹਾ ਫਿਰ ਆਪਣੇ ਪਰਨੇ ਉੱਤੋਂ ਦੀ ਨਿਕਲੇ ਜਟੋਰੀਆਂ ਬਣੇ ਬਾਲਾ ਨੂੰ ਖੁਰਚਦਾ ਹੋਇਆ ਪਰ ਟੋਬੇ ਵੱਲ ਨੂੰ ਝਾਕਣ ਲੱਗ ਪਿਆ ਟੋਬੇ ਦੇ ਖੱਬੇ ਹੱਥ ਫਿਰਨੀ ਸੀ ਜੋ ਅਗਾਹ ਬਾਸ ੱਡੇ ਨੂੰ ਜਾ ਨਿਕਲਦੀ ਸੱਜੇ ਹੱਥ ਮਜ਼ਬੀਆਂ ਦੇ ਘਰ ਸਨ ਵਿੱਚ ਅੱਧੇ ਸੈਂਸੀਆਂ ਦੇ ਵੀ ਪਰ ਵੱਜਦਾ ਸਾਰਾ ਵੇੜਾ ਹੀ ਸੀ ਉਸ ਦਿਨ ਵੀ ਬੱਗਾ ਰੋਜ ਬਾੰਗ ਘਰੋਂ ਮੈਸਾਂ ਖੋਲ ਕੇ ਟੋਬੇ ਤੇ ਲਿਆਇਆ ਸੀ ਮੈਸਾਂ ਟੋਬੇ ਵਿੱਚ ਵਾੜ ਕੇ ਆਪ ਉਹ ਫਰਨੀਤੇ ਟੈਲਣ ਲੱਗ ਪਿਆ ਹੋ ਹੋ ਡਿਓ ਡਿਓ ਮਰ ਜਾ ਤੂੰ ਮੰਨੋ ਪੈ ਜਾ ਤੈਨੂੰ ਮੈਂਸਾਂ ਨੂੰ ਟੋਬੇ ਵਿੱਚ ਬਾੜ ਕੇ ਉਹਨੇ ਮੀਣੀ ਮੈਂਸ ਨਾਲ ਸਿੰਘ ਅੜਾ ਰਹੀ ਬੂਰੀ ਮੈਂਸ ਨੂੰ ਲਲਕਾਰਾ ਮਾਰਿਆ ਲਲਕਾਰਾ ਮਾਰ ਕੇ ਉਹ ਟੋਬੇ ਦੇ ਪਰਲੇ ਪਾਸੇ ਸ਼ੀਰਾਂ ਕੇ ਘਰ ਤੇ ਨਿਗਾਹ ਗੱਡ ਕੇ ਖੜ ਗਿਆ ਜਿਵੇਂ ਕਿਸੇ ਦੇ ਅੰਦਰੋਂ ਨਿਕਲਣ ਦੀ ਉਡੀਕ ਕਰ ਰਿਹਾ ਹੁੰਦਾ ਸ਼ੀਰਾਂ ਇੱਕ ਦੋ ਵਾਰੀ ਅੰਦਰੋਂ ਨਿਕਲੀ ਵੀ ਪਰ ਉੜਦੀ ਜੀ ਨਜ਼ਰ ਮਾਰ ਕੇ ਫਿਰ ਅੰਦਰ ਜਾ ਬੜੀ ਸੀ ਉਹਦੀ ਹਰਕਤ ਵੇਖ ਕੇ ਬੱਗੇ ਨੇ ਪਹਿਲਾਂ ਤਾਂ ਭੈੜੀ ਜੀ ਗਾਲ ਕੱਢੀ ਫਿਰ ਇੰਜ ਪਰਾਂ ਨੂੰ ਥੁੱਕਿਆ ਜਿਵੇਂ ਨਮੋਲੀ ਚੱਬ ਗਿਆ ਹੁੰਦਾ ਤੋਬੇ ਤੇ ਮੈਸਾ ਲਿਆਉਣ ਤੋਂ ਪਹਿਲਾਂ ਰੋਜ਼ ਬਾਗ ਉਹ ਘਰੋਂ ਆਪਣੀ ਬੇਬੇ ਸੀਤੋ ਨਾਲ ਜਾਬਾਂ ਦਾ ਭੇਡ ਕਰਕੇ ਆਇਆ ਸੀ ਇਹ ਉਹਦਾ ਰੋਜ਼ ਦਾ ਹੀ ਕੀਤਾ ਸੀ ਸਵੇਰੇ ਉੱਠਣਸਾਰ ਹੀ ਉਹ ਆਪਣੀ ਬੇਬੇ ਸੀਤੋ ਨਾਲ ਖਾਸੀ ਕਿਚਕਿਚ ਕਰਦਾ ਸੂਰਜ ਦੀ ਟਿੱਕੀ ਚੜਨ ਤੱਕ ਰੀ-ਰੀ ਕਰੀ ਜਾਂਦਾ ਜਦੋਂ ਦੋਜੀ ਦੁੱਧ ਲੈ ਜਾਂਦਾ ਮੈਸਾਂ ਕੱਖ ਕੰਡਾ ਖਾ ਹਟਦੀਆਂ ਉਹ ਉਹਨਾਂ ਨੂੰ ਖੋਲ ਕੇ ਟੋਬੇ ਤੇ ਲੈ ਜਾਂਦਾ ਟੋਬੇ ਵਿੱਚ ਉਹਨਾਂ ਨੂੰ ਛੱਡ ਕੇ ਉਹ ਖਾਸਾ ਚਿਰ ਫਿਰਨੀ ਤੇ ਟੈਲ ਦਾ ਰਹਿੰਦਾ ਡਾਂਗ ਉਹਨੇ ਮੋਢਿਆਂ ਤੇ ਰੱਖੀ ਹੁੰਦੀ ਨਿਗਾ ਟੋਬੇ ਦੇ ਪਰਲੇ ਪਾਸੇ ਸ਼ੀਰਾਂ ਕੇ ਘਰਤੇ ਹੁੰਦੀ ਆਲੇ ਦੁਆਲੇ ਫਿਰਦੇ ਲੋਕ ਚੌਂਕੜੀਆਂ ਤੇ ਬੈਠੇ ਬੰਦੇ ਸਾਰੇ ਟੇਢੀ ਜਿਹੀ ਅੱਖ ਨਾਲ ਉਹਦੇ ਵੱਲ ਝਾਕੀ ਜਾਂਦੇ ਪਰ ਬੋਲਦਾ ਕੋਈ ਕੁਝ ਨਾ ਜਦੋਂ ਤੱਕ ਸ਼ੀਰਾਂ ਨਾਲ ਉਹਦਾ ਇਸ਼ਾਰਾ ਨਾ ਹੋ ਜਾਂਦਾ ਮੈਸਾਂ ਟੋਬੇ ਵਿੱਚ ਹੀ ਤੈਰਦੀਆਂ ਰਹਿੰਦੀਆਂ ਉਹ ਫਿਰ ਨਹੀਂ ਤੇ ਡਟਿਆ ਰਹਿੰਦਾ ਸ਼ੀਰਾਂ ਦਾ ਇਸ਼ਾਰਾ ਹੁੰਦਿਆਂ ਹੀ ਉਹ ਟੋਬੇ ਵਿੱਚ ਬੜੀਆਂ ਮੈਸਾਂ ਨੂੰ ਰੋੜੇ ਮਾਰ-ਮਾਰ ਕੇ ਬਾਹਰ ਕੱਢਣ ਲੱਗ ਪੈਂਦਾ ਜਦੋਂ ਉਹ ਬਾਹਰ ਨਿਕਲ ਆਉਂਦੀਆਂ ਉਹ ਉਹਨਾਂ ਦੇ ਸੰਗਲ ਗੜਾਂ ਦੀਵਾਰੀ ਲਪੇਟ ਦਿੰਦਾ ਉਹ ਬਾਸਾਟੇ ਵਾਲੇ ਚੌਂਤਰੇ ਕੋੜ ਦੀ ਖੇਤਾਂ ਵੱਲ ਨੂੰ ਤੁਰ ਪੈਂਦੀਆਂ ਸੜਕ ਦਿਵਾਰੇ ਉੱਗੇ ਘਾਹ ਨੂੰ ਮੋਹ ਮਾਰਦੀਆਂ ਹੋਈਆਂ ਹੌਲੀ-ਹੌਲੀ ਉਹ ਖੇਤ ਜਾ ਪਹੁੰਚਦੀਆਂ ਖੇਤ ਪਹੁੰਚ ਕੇ ਪਹਿਲਾਂ ਉਹ ਫੌੜੇ ਨਾਲ ਗੋਹਾ ਪਰਾਂ ਖਿੱਚਦਾ ਫਿਰ ਗਿੱਲੀ ਥਾਂ ਤੇ ਕਹੀ ਨਾਲ ਮਿੱਟੀ ਦੇ ਚੇਪੇ ਭਰ ਕੇ ਸੌਕ ਖੰਡਾਉਂਦਾ ਤੇ ਫਿਰ ਮੈਸਾ ਨੂੰ ਕੀਲਿਆਂ ਨਾਲ ਬੰਨ੍ਹ ਦਿੰਦਾ ਆਪ ਪਰਲੇ ਨਾਲ ਕੁਰਤੇ ਪਜਾਮੇ ਤੋਂ ਗਰਦ ਝਾੜ ਕੇ ਮੋਟਰ ਕੋਲ ਦੂਤ ਹੇਠਾਂ ਡਹਿ ਮੰਜੇ ਤੇ ਉਜਾੜ ਡੇਗਦਾ ਮੰਜੇ ਤੇ ਪੈ ਕੇ ਉਹ ਪਿੰਡੋਂ ਆਉਂਦੀ ਡੰਡੀ ਤੇ ਸਿੱਧੀ ਸਤੌੜ ਨਿਗਾ ਗੱਡ ਦਿੰਦਾ ਪਰਾਂ ਬਾਵਾ ਡੇਰੇਵਾਲ ਦੀ ਖੇਤਾਂ ਨੂੰ ਪੈਹਾ ਵੀ ਜਾਂਦਾ ਸੀ ਟੋਬੇ ਕੋਲ ਦੀ 1.2 ਵਟਾਂ ਜਿੰਨੀ ਚੌੜੀ ਡੰਡੀ ਵੀ ਜਾਂਦੀ ਡੰਡੀ ਤੋਂ ਦੀ ਖੇਤ ਨੇੜੇ ਪੈਂਦੇ ਆਮ ਪੈਦਲ ਜਾਣ ਵਾਲਾ ਬੰਦਾ ਡੰਡੀ ਤੋਂ ਦੀ ਹੀ ਜਾਂਦਾ ਜਿਉਂ ਹੀ ਬੱਗੇ ਦੀ ਨਿਗਾ ਡੰਡੀ ਤੇ ਤੁਰ ਹੀ ਆਉਂਦੀ ਸ਼ੀਰਾਂ ਤੇ ਪੈਂਦੀ ਉਹ ਇੱਕਦਮ ਮੰਜੇ ਤੋਂ ਉੱਬੜ ਕੇ ਹੀਠਾਂ ਖੜਾ ਹੋ ਜਾਂਦਾ ਉਹਦੇ ਅੰਦਰ ਢੋਲ ਦੀ ਤਾਲ ਤੇ ਘੂੜੇ ਦੌੜਨ ਲੱਗ ਪੈਂਦੇ ਉਹਨੂੰ ਜਾਪਦਾ ਜਿਵੇਂ ਉਹਦੇ ਅੰਦਰ ਕਿਤੇ ਤਾੜੀਦਾਰ ਗਿੱਧਾ ਪੈ ਰਿਹਾ ਹੁੰਦਾ ਜਦੋਂ ਤੱਕ ਸ਼ੀਰਾ ਮੋਟਰ ਤੇ ਨਾ ਪਹੁੰਚ ਜਾਂਦੀ ਉਹ ਸਿਸ਼ਤ ਬੰਨੀ ਡੰਡੀ ਵੱਲ ਨੂੰ ਵੇਖਦਾ ਰਹਿੰਦਾ ਜਿਵੇਂ ਡਰ ਹੋਵੇ ਕਿ ਕਿਤੇ ਵਾਪਸ ਹੀ ਨਾ ਮੁੜ ਜਾਵੇ ਕੀ ਗੱਲ ਅੱਜ ਇੰਨਾ ਚਰਲਾਤਾ ਨੇੜੇ ਆਈ ਨੂੰ ਉਹਦਾ ਪਹਿਲਾ ਸਵਾਲ ਹੁੰਦਾ ਬੇਓ ਤੇਰੇ ਲੱਗਦੇ ਦੇ ਉਜੜੇ ਤੋਂ ਹੀ ਆਉਣਾ ਤੀ ਤੜਕੇ ਦਾ ਮੰਝੇ ਤੇ ਪਿਆ ਨੱਕ ਚ ਨਸਵਾਰ ਦੀਆਂ ਉਂਗਲਾਂ ਭਰ ਭਰ ਤੁੰਨੀ ਜਾਂਦਾ ਫਿਰ ਹਾਂਚੀ ਹਾਂਚੀ ਕਰਦਾ ਮਾਰ ਲਈ ਚੰਦਰੀ ਆਉਤ ਨੇ ਮੈਂ ਤਾਂ ਕੱਚ ਵਿੱਚੋਂ ਪੱਲੀ ਕੱਢਦੀ ਹੋਈ ਸ਼ੀਰਾ ਆਪਣੇ ਘਰ ਵਾਲੇ ਰਾਮ ਆਸਰੇ ਤੇ ਰੋਸਾ ਕੱਢਦੀ ਓ ਨਾ ਮੇਰੀ ਡੱਡ ਸਾਡੇ ਭਾਈ ਨੂੰ ਐਂ ਕੋਸਿਆ ਨਾ ਕਰ ਐਸ਼ ਕਰਨ ਦੇ ਫਕਰਬੰਦੇ ਨੂੰ ਤੇਰੀ ਖਾਤਰ ਅਸੀਂ ਕਿਤੇ ਮਰ ਗਏ ਸ਼ੀਰਾ ਵਲ ਵੇਖ ਕੇ ਮੀਸਣਾ ਜਾਂ ਹਾਸਾ ਹੱਸਦਾ ਹੋਇਆ ਉਹ ਉਹਨੂੰ ਮੋਟਰ ਵਾਲੇ ਕੋਠੇ ਵਿੱਚ ਲੈ ਵੜਦਾ ਜਦੋਂ ਉਹ ਅੰਦਰੋਂ ਨਿਕਲਦੇ ਤਾਂ ਦੋਵੇਂ ਜਾਣੇ ਖੁਸ਼ ਹੁੰਦੇ ਫਿਰ ਰਲ ਕੇ ਫਟਾਫਟ ਹਰੇ ਦੀ ਪੰਡ ਵੜਦੇ ਨਾਲੇ ਊਠ ਪਟਾਂਗ ਜੀਆਂ ਗੱਲਾਂ ਕਰੀ ਜਾਂਦੇ ਪੈਹੇ ਵਿੱਚੋਂ ਲੰਘਣ ਵਾਲੇ ਲੋਕ ਦੋਵਾਂ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਘੂਰਦੇ ਅਗਾਹ ਲੰਘ ਜਾਂਦੇ ਚੰਗਾ ਫੇਰ ਆਥਣੇ ਆਉ ਮੈਂ ਘਰੇ ਹਰੇ ਦੀ ਪੰਡ ਵੜਾ ਕੇ ਸ਼ੀਰਾਂ ਦੇ ਸਿਰ ਤੇ ਰਖਵਾਉਂਦਾ ਹੋਇਆ ਬੱਗਾ ਜਾਣ ਲੱਗੀ ਨੂੰ ਅਕਸਰ ਆਖਦਾ ਹੁੰਦਾ ਵੇ ਆਜੀਆਂ ਜੀ ਤੈਨੂੰ ਕੋਈ ਰੋਕ ਐ ਨਾਲੇ ਆਉਂਦਾ ਹੋਇਆ ਸੰਤ ਦੀ ਹੱਟੀ ਤੋਂ ਨੌਣ ਵਾਲੀ ਸਾਬਣ ਫੜ ਲਈ ਕਿਦਣ ਦੀ ਮੁੱਕੀ ਪਈ ਆ ਜਾਂਦੀ ਜਾਂਦੀ ਸ਼ੀਰਾਂ ਹਮੇਸ਼ਾ ਵਾਂਗ ਉਹਨੂੰ ਸਵਾਲ ਪਾ ਜਾਂਦੀ ਪਿੱਛੇ ਖੜਾ ਉਹ ਕੁੱਗੂ ਵਾਂਗ ਸਿਰ ਹਿਲਾਉਣ ਲੱਗ ਪੈਂਦਾ ਸਿਰ ਤੇ ਹਰੇ ਦੀ ਪੰਡ ਚੁੱਕੀ ਡੰਡੀਓ ਡੰਡੀ ਤੁਰ ਜਾਂਦੀ ਸ਼ੀਰਾਂ ਨੂੰ ਉਹ ਉਦੋਂ ਤੱਕ ਮੁੱਤਰ ਮੁੱਤਰ ਵੇਖਦਾ ਰਹਿੰਦਾ ਜਦੋਂ ਤੱਕ ਉਹ ਫਿਰਨੀ ਕੋਲ ਖੜੇ ਅੱਖਾਂ ਦੇ ਝੋਂਡੋਲੇ ਨਾ ਹੋ ਜਾਂਦੀ ਪਰ ਉਹਦਾ ਸ਼ੀਰਾ ਨਾਲ ਸੰਬੰਧ ਸਾਰੇ ਪਿੰਡ ਨੂੰ ਅੱਖ ਨਾਲੋਂ ਵੀ ਕੌੜਾ ਲੱਗਦਾ ਦਰਵਾਜ਼ੇ ਵਾਲੀਆਂ ਚੌਂਕੜੀਆਂ ਤੇ ਉਹ ਕਿਹੜਾ ਦਿਨ ਸੀ ਜਿਸ ਦਿਨ ਬੱਗੇ ਦੀ ਕਹਾਣੀ ਨਾ ਛੇੜੀ ਜਾਂਦੀ ਮਿੰਦਰ ਕਾਣਾ ਅਕਸਰ ਨੱਕ ਜਾ ਚੜਾਉਂਦਾ ਹੋਇਆ ਕਹਿੰਦਾ ਕੀ ਆ ਤੇ ਚੱਕੀ ਆ ਠਾ ਸ਼ੀਰਾ ਦੇ ਘਰੇ ਤੀਮੀ ਨਾ ਤੀਮੀ ਦਾ ਨਾਉ ਨਹੀਂ ਅਕੇ ਮੋਨਾ ਮੱਥਾ ਸਲੰਗ ਦਾ ਹੱਥਾ ਓਏ ਬੱਗੇ ਨੂੰ ਪੁੱਛ ਕੇ ਦੇਖ ਤਾਇਆ ਸਿਆ ਬਈ ਕਹਿ ਜਈਆ ਨਾਲੇ ਕਹਿੰਦੇ ਹੁੰਦੇ ਨੇ ਚਿੱਤ ਤਾਂ ਸਾਲਾ ਦੋ ਘੜੀ ਗਧੀ ਤੇ ਵੀ ਆ ਜਾਂਦਾ ਓਹ ਤਾਂ ਸੁੱਖ ਨਾਲ ਫੇਰ ਸਾਬਤੀ ਤਿਮੀ ਹੈ ਜੈਲੀ ਦੀ ਗੱਲ ਨਾਲ ਚੌਂਕੜੀਆਂ ਤੇ ਹਾਸਲ ਮੱਚ ਜਾਂਦੀ ਓਏ ਉਹਦੇ ਵੀ ਕੀ ਵਾਸਾ ਭਾਈ ਸੋਹਰੇ ਦੀ ਤਕਦੀਰ ਹੀ ਝਗੜਦੀ ਹੈ ਸ਼ੇਰਾ ਮਿਸਤਰੀ ਅਕਸਰ ਸਮਝੌਤੀ ਦਿੰਦਾ ਹੁੰਦਾ ਪਰ ਬੰਦਾ ਕੋਈ ਰਾਹ ਸਰ ਚੱਲੇ ਬਾਬਾ ਉਹਨੇ ਤਾਂ ਉਹੀ ਖਸੜ ਖੋਲਿਆ ਪਿਆ ਦਿਨ ਰਾਤ ਉੱਥੇ ਹੀ ਵੜਿਆ ਰਹਿੰਦਾ ਨਾਲੇ ਆ ਪਿਛਲੀ ਸੰਗਰਾਦ ਵਾਲੇ ਦਿਨ ਨਹੀਂ ਦੇਖਿਆ ਕੀ ਕੁਝ ਹੋਇਆ ਸੀ ਸਾਰਿਆਂ ਦੀ ਸੁਣ ਕੇ ਪੁਲਿਸਿਆ ਕਮਾ ਫਰਾ ਕੇ ਗੱਲ ਨੂੰ ਸੰਗਰਾਦ ਵਾਲੇ ਦਿਨ ਤੇ ਲਿਆ ਖੜਾਉਂਦਾ ਪੁਲਿਸੀਏ ਦੀ ਗੱਲ ਸੁਣ ਕੇ ਸਾਰੇ ਹੂੰ ਹੂੰ ਜੀ ਕਰਕੇ ਸਿਰ ਮਾਰਨ ਲੱਗਦੇ ਜਿਵੇਂ ਸੰਗਰਾਦ ਵਾਲੇ ਦਿਨ ਨੂੰ ਯਾਦ ਕਰ ਰਹੇ ਹੋਣ ਸੰਗਰਾਦ ਵਾਲੇ ਦਿਨ ਹੋਈ ਵੀ ਬੜੀ ਕਸੂਤੀ ਸੀ ਬਾਕੀ ਪਿੰਡ ਤਾਂ ਉਹਨਾਂ ਦੇ ਸਬੰਧਾਂ ਤੇ ਜਿਹੜਾ ਮੱਚਦਾ ਸੋ ਅਲੱਗ ਪਰ ਵੇੜੇ ਦੇ ਕਈ ਬੰਦਿਆਂ ਨੇ ਤਾਂ ertid ਹੀ ਸਿਰ ਤੇ ਚੁੱਕੀ ਹੋਈ ਸੀ ਕਦੇ ਬੱਗੇ ਦੇ ਘਰੇ ਲਾਂਬਾ ਕਦੇ ਸਰਪੰਚ ਕੋਲ ਤੇ ਕਦੇ ਲੰਬੜਦਾਰ ਦੇ ਉਸ ਦਿਨ ਤਾਂ ਲੋਕਾਂ ਨੇ ਕਹਾਣੀ ਸਿਰੇ ਲਾ ਦਿੱਤੀ ਸੀ ਦਰਵਾਜ਼ੇ ਵਾਲੀਆਂ ਚੌਂਕੜੀਆਂ ਤੇ ਪੰਚਾਇਤ ਸੱਦ ਲਈ ਸੂ ਪਾ ਕੇ ਅੱਧਾ ਪਿੰਡ ਤਮਾਸ਼ਾ ਵੇਖਣ ਆ ਜੋੜਿਆ ਸਵੇਰ ਦਾ ਵੇਲਾ ਸੀ ਬੱਗਾ ਫਿਰਨੀ ਤੇ ਟਹਿਲ ਰਿਹਾ ਸੀ ਮੋਢਿਆਂ ਤੇ ਡਾਂਗ ਰੱਖੀ ਹੋਈ ਨਿਗਾ ਹਮੇਸ਼ਾ ਦੀ ਤਰ੍ਹਾਂ ਸ਼ੀਰਾਂ ਕੇ ਘਰ ਵੱਲੋਂ ਸਿੱਧੀ ਹੋਈ ਦਰਵਾਜ਼ੇ ਜੁੜੀ ਪੰਚਾਇਤ ਵੇਖ ਕੇ ਇੱਕ ਵਾਰੀ ਤਾਂ ਉਹਦੇ ਵੀ ਪਿਸੂ ਜੇ ਪੈ ਗਏ ਸਨ ਵੇੜੇ ਦੇ ਮੋਰੀ ਬੰਦਿਆਂ ਨੂੰ ਸਰਪੰਚ ਕੋਲ ਬੈਠੇ ਵੇਖ ਉਹ ਸਾਰੀ ਗੱਲ ਪਾਪ ਗਿਆ ਸੀ ਪਹਿਲਾਂ ਤਾਂ ਉਹਨੇ ਇਕੱਠ ਵੱਲ ਕੋਈ ਧਿਆਨ ਨਾ ਦਿੱਤਾ ਪਰ ਜਦੋਂ ਰੋਡੇ ਕੇ ਘਰ ਕੋਲ ਦੀ ਦੋ ਬੰਦੇ ਸ਼ੀਰਾ ਤੇ ਉਹਦੇ ਘਰ ਵਾਲੇ ਨੂੰ ਲਈ ਆਉਂਦੇ ਦਿਸੇ ਤਾਂ ਉਹਦਾ ਮੱਥਾ ਠਣ ਗਿਆ ਸੀ ਚਾਚਾ ਤੈਨੂੰ ਸਰਪੰਚ ਨੇ ਸੱਦਿਆ ਜੈਲਾ ਭੱਜ ਕੇ ਬੱਗੇ ਨੂੰ ਸੱਦ ਲਿਆਇਆ ਸਾਨ ਵਾਂਗ ਪੁੱਸਰਿਆ ਹੋਇਆ ਮੜਕ ਨਾਲ ਪੱਬ ਚੁੱਕਦਾ ਉਹ ਚੌਂਕੜੀਆਂ ਕੋਲ ਆ ਕੇ ਇੱਕ ਪਾਸੇ ਖੜ ਗਿਆ ਇੱਕ ਹੱਥ ਵਿੱਚ ਉਹਦੇ ਡਾਂਗ ਮੋਢੇ ਤੇ ਮੈਂਸ ਦਾ ਸੰਗਲ ਲਟਕਾਇਆ ਹੋਇਆ ਜਿਹੜਾ ਬੂਰੀ ਮੈਂਸ ਨੇ ਪੈਰਾਹੇ ਠਾ ਦੇ ਕੇ ਤੋੜ ਲਿਆ ਸੀ ਇੱਕ ਪਾਸੇ ਖੜ ਕੇ ਉਹ ਵੇੜੇ ਦੇ ਬੰਦਿਆਂ ਨੂੰ ਬਾਗ-ਵਾਗ ਵੇਖਣ ਲੱਗ ਪਿਆ ਹਾਂ ਬਈ ਬੱਗਾ ਸਿਆ ਆ ਵੇੜੇ ਵਾਲੇ ਕੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਰਪੰਚ ਬੋਲਿਆ ਮੈਨੂੰ ਕੀ ਪਤਾ ਸਰਪੰਚਾ ਕੀ ਕਹਿੰਦੇ ਨੇ ਬੱਗਾ ਓਖੜੇ ਕੋਹਾੜੇ ਵਾਂਗ ਬੋਲਿਆ ਉਹਦਾ ਕੋਰਾ ਜਵਾਬ ਸੁਣ ਕੇ ਸਾਰੇ ਲੋਕ ਪਹਿਲਾਂ ਤਾਂ ਉਹਦੇ ਵੱਲ ਝਾਕ ਕੇ ਫਿਰ ਸ਼ੀਰਾ ਤੇ ਉਹਦੇ ਘਰ ਵਾਲੇ ਵੱਲ ਏ ਕਹਿੰਦੇ ਨੇ ਭਾਈ ਤੇਰਾ ਸ਼ੀਰਾਕੇ ਘਰੇ ਜਾਣਾ ਠੀਕ ਨਹੀਂ ਐਵੇਂ ਆਂਡ ਗਵਾਂਡ ਦੀਆਂ ਕੁੜੀਆਂ ਕੱਤਰੀਆਂ ਤੇ ਮਾੜਾ ਪ੍ਰਭਾਵ ਪੈਂਦਾ ਨਾਲੇ ਤੇਰੇ ਵਾਸਤੇ ਇਹ ਕੋਈ ਚੱਜ ਦੀ ਗੱਲ ਨਹੀਂ ਐਵੇਂ ਪਿੰਡ 'ਚ ਗੰਦ ਪਾਇਆ ਬੱਗੇਵਾਲ ਝਾਕਦਾ ਹੋਇਆ ਸਰਪੰਚ ਗੋਲ ਮੋੜ ਜੀ ਤਾੜਨਾ ਕਰ ਰਿਹਾ ਸੀ ਨਾਲੇ ਘਰੇ ਆਪਦੀ ਮਾਂ ਸੀਤੋ ਕੰਨੀ ਦੇਖ ਕੋੜੀਆ ਬਾਪ ਤੇਰਾ ਪਹਿਲਾਂ ਹੀ ਹੈ ਨਹੀਂ ਕਿਉਂ ਐਵੇਂ ਵਿਚਾਰੀ ਦੀ ਬੁੜੇਵਾਰੀ ਆ ਕੇ ਇੱਜ਼ਤ ਕੱਕੜੀਆਂ ਕਰੇਲੇ ਕਰਦਾ ਕਾਕਾ ਪੰਜਵੀ ਉਸੇ ਨੂੰ ਮੁਖਾਤਵ ਸੀ ਤੂੰ ਵੀ ਸੁਣ ਲੈ ਭਾਈ ਸ਼ੀਰਾ ਜੁਆਕਾਂ ਵਾਲੀ ਐ ਸੁਖ ਨਾਲ ਨਿਆਣੀ ਨਹੀਂ ਹੁਣ ਤੋਂ ਬਈ ਤੈਨੂੰ ਸਮਝਾਈਏ ਬੰਦਿਆਂ ਵਾਂਗ ਬਣ ਕੇ ਰਹਿ ਜੇ ਪਿੰਡ 'ਚ ਰਹਿਣਾ ਨਾਲੇ ਖਬਰਦਾਰ ਜੇ ਅਸੀਂ ਹੁਣ ਸੁਣ ਲਿਆ ਬਈ ਤੂੰ ਬੱਗੇ ਕੇ ਖੇਤ ਹਰਾ ਲੈਣ ਗਈ ਐ ਸਰਪੰਚ ਨੇ ਜਦੋਂ ਸ਼ੀਰਾ ਨੂੰ ਝਾੜਿਆ ਉਹਦੇ ਘਰ ਵਾਲਾ ਰਾਮ ਆਸਰਾ ਆਲੇ ਦੁਆਲੇ ਝਾਕ ਰਿਹਾ ਸੀ ਜਿਵੇਂ ਵੇਖ ਰਿਹਾ ਹੁੰਦਾ ਕਿ ਇਹ ਕੀ ਹੋ ਰਿਹਾ ਨਿਆਣਾ ਤਾਂ ਹੁਣ ਇਹ ਵੀ ਨਹੀਂ ਯਾਰ ਜੇ ਆਹੀ ਕੰਮ ਰਿਹਾ ਫੇਰ ਤਾਂ ਇੱਕ ਦਿਨ ਸਾਰਾ ਪਿੰਡੀ ਲਾਲ ਬੱਤੀਆਂ ਵਾਲਾ ਬਾਜ਼ਾਰ ਬਣ ਜਾਉ ਚਲਦੀ ਗੱਲ ਵਿੱਚ ਮਿੰਦਰ ਕਾਣਾ ਵੀ ਅੱਖ ਜੇ ਮੀਚ ਕੇ ਛੱਡ ਗਿਆ ਓਏ ਛੱਡੋ ਪਰੇ ਯਾਰ ਇਹ ਹੋ ਜਈਆਂ ਸਮਝੌਤੀਆਂ ਨੂੰ ਅੱਗੇ 20 ਵਾਰੀ ਦੇ ਲਈਆਂ ਐ ਨਹੀਂ ਲੋਟ ਆਉਣਾ ਇਹਨਾਂ ਨੇ ਇਹਨਾਂ ਦੇ ਤਾਂ ਜੇ ਇੱਥੇ ਲੰਬੇ ਪਾ ਕੇ ਡੰਡੋਰ ਕਾ ਫਰੇ ਤਾਂ ਪਾਵਾ ਗੱਲ ਬਣ ਜਾਏ ਕੋਈ ਅਚਾਨਕ ਹੀ ਜਦੋਂ ਵੇੜੇ ਵਾਲੇ ਬਲਵਿੰਦਰ ਫਿੱਡੇ ਨੇ ਦਲੀਲ ਛੱਡੀ ਤਾਂ ਇੱਕ ਪਾਸੇ ਆਕੜਿਆ ਖੜਾ ਬੱਗਾ ਪੰਭੂਕੇ ਵਾਂਗ ਮਚਿਆ ਆ ਜਾ ਪਹਿਲਾਂ ਤੂੰ ਹੀ ਡੰਡੋਰ ਕਾ ਫੇਰਨ ਵਾਲਾ ਆ ਖਿੱਚਤੀ ਲਕੀਰ ਆ ਜਾ ਟੱਪੋ ਕੇਰਾ ਜੇ ਪੈਂਦੀ ਸੱਟੇ ਮੱਥੇ 'ਚੋਂ ਤਤੇਰੀ ਨਾ ਕੱਢੀ ਤਾਂ ਬੱਗਾ ਬਦਮਾਸ਼ ਨਾ ਕਿ ਉਹ ਮੁੜ ਕੇ ਲੋਕ ਅਜੇ ਫਿੱਡੇ ਦੇ ਬੋਲਾਂ ਵਿੱਚ ਹੀ ਉਲਝੇ ਹੋਏ ਸਨ ਕਿ ਢਾਂਗ ਨਾਲ ਧਰਤੀ ਦੀ ਹੱਕ ਤੇ ਲਕੀਰ ਕੱਢਦਾ ਹੋਇਆ ਬੱਗਾ ਮੋਢੇ ਤੋਂ ਸੰਗਲ ਲਾ ਕੇ ਗੱਤ ਕੇ ਵਾਲਿਆਂ ਵਾਂਗ ਕਮਾਉਣ ਲੱਗ ਪਿਆ ਇਕੱਠ ਵਿੱਚ ਕੁਸਰਮਸਰ ਜੀ ਛੜਪਈ ਪਰ ਉੱਠਿਆ ਕੋਈ ਨਾ ਬਲਵਿੰਦਰ ਫਿੱਡਾ ਵੀ ਸਾਈਕਲ ਦੇ ਟਾਇਰ ਵਿੱਚੋਂ ਨਿਕਲੀ ਫੂਕ ਵਾਂਗ ਫਿਸਿਆ ਜਾਂ ਮੂੰਹ ਬਣਾ ਕੇ ਬੈਠ ਗਿਆ ਹੱਥ ਵਿੱਚ ਡਾਂਗ ਫੜੀ ਬੱਗਾ ਉਸੇ ਤਰ੍ਹਾਂ ਦੂਜੇ ਹੱਥ ਨਾਲ ਸੰਗਲ ਕੁਮਾਰ ਰਿਹਾ ਸੀ ਓਏ ਤੁਸੀਂ ਯਾਰ ਚਲਦੀ ਗੱਲ 'ਚ ਵਾਢਾ ਕਿਉਂ ਦਿੰਨੇ ਹੁੰਨੇ ਹੋ ਐਵੇਂ ਸਾਰੀ ਗੱਲ ਖਰਾਬ ਕਰਕੇ ਅਗਲੇ ਪਲ ਲੋਕਾਂ ਦੀ ਉੱਚੀ ਹੋ ਰੇ ਕੋਸਰਮਸਰ ਵਿੱਚ ਸਰਪੰਚ ਦੇ ਬੋਲ ਵੀ ਮੱਦਮ ਪੈ ਗਏ ਹੌਲੀ ਹੌਲੀ ਗੱਲ ਬਿਨਾਂ ਕਿਸੇ ਰਾਹ ਪਏ ਹੀ ਖਿੰਡ ਖੱਪਰ ਗਈ ਬੱਗਾ ਟੋਬੇ ਵਿੱਚੋਂ ਮੈਸਾਂ ਕੱਢ ਕੇ ਖੇਤਾਂ ਵੱਲ ਨੂੰ ਤੁਰ ਪਿਆ ਸੀ ਜੁੜਿਆ ਇਕੱਠ ਵੀ ਖਿੰਡ ਪੰਡ ਗਿਆ ਸ਼ੀਰਾਂ ਦੇ ਮਗਰਮਗਰ ਨਸਵਾਰ ਸੁੰਘਦਾ ਹੋਇਆ ਰਾਮ ਆਸਰਾ ਵੀ ਘਰ ਨੂੰ ਹੋ ਤੁਰਿਆ ਸੀ ਜਿਵੇਂ ਕੁਝ ਵੀ ਨਹੀਂ ਹੋਇਆ ਹੁੰਦਾ ਇਸੇ ਤਰ੍ਹਾਂ ਕਈ ਵਾਰ ਹੋਇਆ ਸੀ ਪਹਿਲਾਂ ਵੀ ਵੇੜੇ ਦੇ ਬੰਦਿਆਂ ਨੇ ਕਈ ਵਾਰੀ ਦਰਵਾਜ਼ੇ ਇਕੱਠ ਕੀਤਾ ਪਰ ਗੱਲ ਕਦੇ ਵੀ ਕਿਸੇ ਰਾਹ ਨਹੀਂ ਸੀ ਪਈ ਨਾ ਬੱਗਾ ਬਾਜ਼ ਆਇਆ ਨਾ ਸ਼ੀਰਾ ਹੀ ਰਾਹ ਤੋਂ ਮੁੜੀ ਜੇ ਕੋਈ ਮਾੜਾ ਮੋਟਾ ਪੰਗਾ ਲੈਣ ਲੱਗਦਾ ਬੱਗਾ ਚਾਰੇ ਖੁਰ ਚੱਕ ਕੇ ਮਗਰ ਪੈ ਜਾਂਦਾ ਕੋਈ ਪੇਸ਼ ਨਾ ਜਾਂਦੀ ਵੇਖ ਕੇ ਵੇੜੇ ਦੇ ਕਈ ਬੰਦੇ ਉਹਨਾਂ ਦੇ ਘਰੇ ਵੀ ਗਏ ਸਨ ਹਰ ਇੱਕ ਵਾਰੀ ਉਹਨਾਂ ਦਾ ਉਹੀ ਰਾਗ ਹੁੰਦਾ ਦੇਖ ਲੈ ਬੇਬੇ ਥੋਡੇ ਬੱਗੇ ਨੇ ਸਾਡੇ ਵਿਹੜੇ 'ਚ ਗੰਦ ਪਾਇਆ ਪਿਆ ਦਿਨ ਰਾਤ ਸ਼ੀਰਾਂ ਕੇ ਘਰੇ ਵੜਿਆ ਰਹਿੰਦਾ ਅਸੀਂ ਵੀ ਆਖਰ ਆੜੇ ਦਿਵਾੜੇ ਧੀਆ ਪਹਿਣਾ ਵਾਲੇ ਆ ਕੋਈ ਲੁੱਚੇ ਲੰਡੇ ਤਾਂ ਨਹੀਂ ਸਮਝਾ ਲਓ ਜੇ ਸਮਝਾਉਣਾ ਨਹੀਂ ਫਿਰ ਕੱਲ ਨੂੰ ਨਾ ਕਿਹੋ ਬਈ ਜਾ ਜਾਂਦੀ ਕਰਤੀ ਬੇ ਮੈਨੂੰ ਕੀ ਦੋਸ਼ ਦਿਨੇ ਹੋ ਭਾਈ ਮੇਰੀ ਕਿਤੇ ਉਹ ਮੰਦ ਹੈ ਕੋਈ ਸਾਡੇ ਨਾਲ ਤਾਂ ਸਮਕਾਂ ਆਪ ਆਢਾ ਲਈ ਰੱਖਦਾ ਤੜਕੇ ਆਥਣ ਆ ਕੇਸਰ ਖੜਾ ਤੁਹਾਡੇ ਸਾਹਮਣੇ ਉਹ ਤਾਂ ਟੁੱਟ ਜਾਣਾ ਇਹਨੂੰ ਨਹੀਂ ਬਖਸ਼ਦਾ ਨਾਲੇ ਸਕਾ ਪਾਈ ਐ ਘਰੇ ਕਿਹੜਾ ਉਹ ਬੈੰਦਾ ਵੀ ਸਮਝਾ ਲਈਏ ਤਿੰਨੇ ਟਾਈਮ ਚਾਹ ਰੋਟੀ ਵੇਲੇ ਵੜਦਾ ਜਾਂ ਮੈਸਾਂ ਖੋਲਣ ਬੰਨਣ ਵੇਲੇ ਫਿਰ ਉਹੀ ਜਾਣੇ ਸਾਰੀ ਦਿਹਾੜੀ ਕਿੱਥੇ ਖੇ ਖਾਂਦਾ ਰਹਿੰਦਾ ਅੱਗੋਂ ਸੀਤੋਂ ਹੱਥ ਖੜੇ ਕਰ ਦਿੰਦੀ ਤੀਜੇ ਕੁ ਦਿਨ ਵੇੜੇ ਵਾਲੇ ਕੇਸਰ ਨੂੰ ਘੇਰ ਲੈਂਦੇ ਦੇਖ ਬਾਈ ਕੇਸਰ ਸਿਆਂ ਤੂੰ ਐ ਪਲਾ ਆਦਮੀ ਬੱਗਾ ਤੇਰਾ ਛੋਟਾ ਪਾਈ ਐ ਵੀਰ ਮੇਰਾ ਉਹਨੂੰ ਸਮਝਾ ਲੈ ਜੋ ਸਮਝਾਉਣਾ ਨਹੀਂ ਫਿਰ ਕੱਲ ਨੂੰ ਸਾਨੂੰ ਠਾਣਿਆਂ ਚ ਗੜੀ ਸਿੰਘਾ ਜੇ ਕੋਈ ਉਚਨੀਚ ਕਰਤੀ ਵਿੜੇ ਦੇ ਕਿਸੇ ਬੰਦੇ ਨੇ ਸਾਰੇ ਹਰਖੇ ਫਿਰਦੇ ਨੇ ਬਾਈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਸੁਣ ਲਓ ਗਾਹਾਂ ਤੋਂ ਜੇ ਮੇਰੇ ਮੂਰੇ ਉਹਦੀ ਕੋਈ ਗੱਲ ਲੈ ਕੇ ਆਏ ਹੋ ਤਾਂ ਖਬਰਦਾਰ ਤੇ ਨਾ ਜਾਇਓ ਹੁਣ ਮੁੜ ਕੇ ਸਾਡੀ ਮਾਈ ਕੋਲ ਕਰੇ ਜੇ ਕਹੋ ਤਾਂ ਪਰਨੋਟ ਤੇ ਲਿਖ ਕੇ ਦੇ ਦੇਣਾ ਸਾਡਾ ਹੁਣ ਕੁਝ ਨਹੀਂ ਲੱਗਦਾ ਅਸੀਂ ਕੋਈ ਜ਼ਿੰਮੇਵਾਰ ਨਹੀਂ ਉਹਦੇ ਜੇ ਤੁਹਾਡੀ ਕਿਸੇ ਦੀ ਕੋਈ ਮਾੜੀ ਚੰਗੀ ਕਰਦਾ ਤਾਂ ਡੱਕਰੇ ਕਰ ਦਿਓ ਬੇਸ਼ੱਕ ਸਾਲੇ ਦੇ ਕੱਲ ਨੂੰ ਮਾਰਦੇ ਭਾਵੇਂ ਅੱਜ ਮਾਰ ਦੋ ਅਸੀਂ ਭੋਰਾ ਨਹੀਂ ਰੋਕਦੇ ਹਾਂ ਜੇ ਅਸੀਂ ਤੁਹਾਨੂੰ ਰੋਕ ਗਏ ਤਾਂ ਭਰੀ ਸਵਾ ਚ ਖੜਾ ਕੇ ਜੁੱਤੀਆਂ ਲਾ ਲਿਓ ਨਿੱਤ ਦੀ ਕਿਚ-ਕਿਚ ਤੋਂ ਤੰਗ ਆ ਕੇ ਕੇਸਰ ਨੇ ਤਾਂ ਇੱਕ ਦਿਨ ਵਰਕਾ ਪਾੜ ਕੇ ਹੀ ਉਹਨਾਂ ਦੇ ਹੱਥ ਵਿੱਚ ਫੜਾ ਦਿੱਤਾ ਸੀ ਕੋਈ ਨਾ ਬਾਈ ਲੈ ਫਿਰ ਹੁਣ ਅਸੀਂ ਉਹਨੂੰ ਟਕਰਾਂਗੇ ਵੱਡੇ ਬਦਮਾਸ਼ ਨੂੰ ਉਸ ਦਿਨ ਕੇਸਰ ਦੀ ਗੱਲ ਤੋਂ ਤਾ ਖਾ ਕੇ ਵੇੜੇ ਵਾਲੇ ਬੈਡ-ਬੈਡ ਕਰਦੇ ਤੁਰ ਗਏ ਸਨ ਪਰ ਬੱਗਾ ਬੱਗਾ ਹੀ ਸੀ ਨਾਉ ਸੀ ਤੋਤੇ ਕੇਸਰ ਨੂੰ ਦਵਾਲ ਸੀ ਤੇ ਨਾ ਹੀ ਪੰਚਾਇਤ ਨੂੰ ਵੇੜੇ ਵਾਲਿਆਂ ਨੂੰ ਤਾਂ ਉਹ ਸਮਝਦਾ ਹੀ ਟੱਚ ਸੀ ਸਾਰਿਆਂ ਦੇ ਦੰਦ ਪੀਣ ਦੇ باوجود ਵੀ ਇੱਕ ਦਿਨ ਤਾਂ ਉਹਨੇ ਕਾਰਨਾਮਾ ਹੀ ਕਰ ਵਿਖਾਇਆ ਸੀ ਸ਼ੀਰਾਂ ਦਾ ਭਾਈ ਮਰ ਗਿਆ ਸੀ ਸੱਪ ਲੜ ਕੇ ਉਹਦਾ ਭੋਗ ਸੀ ਸ਼ੀਰਾਂ ਤੇ ਉਹਦਾ ਘਰ ਵਾਲਾ RAM ਆਸਰਾ ਦੋਵੇਂ ਜੀ ਵੇੜੇ ਵਿੱਚੋਂ ਕਈ ਬੰਦੇ ਤੇ ਤੀਮੀਆਂ ਨੂੰ ਨਾਲ ਲੈ ਕੇ ਭੋਗ ਤੇ ਗਏ ਸਨ ਭੋਗ ਪੈਣ ਦੀ ਤਿਆਰੀ ਹੋ ਰਹੀ ਸੀ ਭਾਈ ਜੀ ਪਾਠ ਕਰ ਰਹੇ ਸਨ ਖਾਸੇ ਬੰਦੇ ਤੀਮੀਆਂ ਇੱਧਰ ਉੱਧਰ ਕੰਮ ਕਰਵਾਉਂਦੇ ਭੱਜੇ ਫਿਰ ਰਹੇ ਸਨ ਬਾਕੀ ਲੋਕ ਘਰ ਦੇ ਵੇੜੇ ਵਿੱਚ ਵਿਛਾਈਆਂ ਪੱਲੀਆਂ ਤੇ ਹੱਥ ਬੰਨੀ ਬੈਠੇ ਸਨ ਸ਼ਰਾਬ ਨਾਲ ਰੱਜ ਕੇ ਪਤਾ ਨਹੀਂ ਕੀ ਦੀ ਕਾਰ ਕਰਾਏ ਤੇ ਕਰੀ ਬੱਗਾ ਸ਼ੀਰਾਂ ਦੇ ਮਗਰੇ ਉਹਦੇ ਪੇਕੇ ਘਰ ਜਾ ਵੜਿਆ ਉਸ ਵਕਤ ਸਾਰੇ ਲੋਕ ਟਿਕੇ ਬੈਠੇ ਸਨ ਜਦੋਂ ਸ਼ੀਰਾਂ ਦੇ ਪੇਕੇ ਘਰ ਮੋੜੇ ਆ ਕੇ ਕਾਰ ਰੋਕੀ ਸਾਰੇ ਲੋਕਾਂ ਨੇ ਸਿਰ ਪਵਾ ਕੇ ਦਰਵਾਜ਼ੇ ਵੱਲ ਨੂੰ ਵੇਖਿਆ ਲੜਖੜਾਉਂਦਾ ਹੋਇਆ ਬੱਗਾ ਕਾਰ ਵਿੱਚੋਂ ਉਤਰਿਆ ਚੁੱਪਚਾਪ ਮਹਾਰਾਜ ਦੀ ਸਵਾਰੀ ਮੋੜੇ ਰੁਪਈਆ ਚੜਾ ਕੇ ਮੁੜ ਉਹ ਕਾਰ ਵਿੱਚ ਜਾ ਬੈਠਿਆ ਤੇ ਫਿਰ ਕਾਰ ਔ ਗਈ ਔ ਗਈ ਕੌਣ ਤੀ ਬਈਏ ਹੈਂ ਕਮਾਲ ਹੈ ਯਾਰ ਜਿੱਥੇ ਬਾਕੀ ਲੋਕ ਬੱਗੇ ਦੇ ਕਾਰਨਾਮੇ ਤੋਂ ਹੈਰਾਨ ਸਨ ਉਥੇ ਪਿੰਡੋਂ ਸ਼ੀਰਾ ਹੋਰਾਂ ਨਾਲ ਗਏ ਬੰਦੇ ਤੀਮੀਆਂ ਅੰਦਰੋਂ ਅੰਦਰੀ ਦੰਦ ਪੀ ਰਹੇ ਸਨ ਉਹਨਾਂ ਨੂੰ ਇੱਕ ਚੜ ਤੇ ਇੱਕ ਉਤਰ ਰਹੀ ਸੀ ਭੋਗ ਤੋਂ ਪਿੰਡ ਵਾਪਸ ਆ ਕੇ ਉਹਦਾ ਕਾਰਨਾਮਾ ਸਾਰੇ ਪਿੰਡ ਵਿੱਚ ਘੁੰਮ ਗਿਆ ਚੌਂਕੜੀਆਂ ਤੇ ਗੱਲਾਂ ਦੁਰਪਈਆਂ ਸਨ ਵੇੜੇ ਦੇ ਕਈ ਮੁੰਡੇ ਪਹਿਲਾਂ ਤਾਂ ਸ਼ੀਰਾ ਨੂੰ ਖਾਸਾ ਆਵਾ ਤਵਾ ਬੋਲੇ ਫੇਰ ਉਹ ਮੋਟਰ ਤੇ ਪਏ ਬੱਗੇ ਨਾਲ ਜਾ ਭਿਹੜੇ ਸਨ ਤੂੰ ਸਾਲਿਆ ਸਾਨਾ ਉਥੇ ਉਸ ਚੋਰੀ ਦੇ ਮਗਰ ਹਣਕਦਾ ਗਿਆ ਇੱਥੇ ਕੋਈ ਕਸਰਤੀ ਅਜੇ ਤੈ ਜਿਹੜਾ ਸਾਡੇ ਵੇੜੇ ਦਾ ਨਾਮ ਕੱਢਿਆ ਉਥੇ ਅੱਜ ਦਿਨੇ ਆ ਤੈਨੂੰ ਤਨੇਸੜੀ ਮੁੰਡਿਆਂ ਦੇ ਇਰਾਦੇ ਪਾਪਦਿਆਂ ਹੀ ਬੱਗੇ ਨੇ ਭੱਜ ਕੇ ਔਲੂ ਕੋਣ ਰੱਖਿਆ ਪਿਆ ਗੰਡਾਸਾ ਚੁੱਕ ਲਿਆ ਮੁੰਡਿਆਂ ਕੋਲ ਵੀ ਡਾਂਗਾ ਸਨ ਪਰ ਕਿਸੇ ਦਾ ਮਾਰਨ ਨੂੰ ਹੌਸਲਾ ਨਹੀਂ ਸੀ ਪੈ ਰਿਹਾ ਖੜ ਜੋ ਵੱਡੇ ਇਜਤਦਾਰ ਸਾਨ ਵਾਂਗ ਭੁਸਰੇ ਬੱਗੇ ਨੇ ਜਿਉਂ ਹੀ ਇੱਕ ਮੁੰਡੇ ਦੀ ਲੱਤ ਤੇ ਟੱਕ ਮਾਰਿਆ ਬਾਕੀ ਮੁੰਡੇ ਜਦ ਹੀ ਹਵਾ ਹੋ ਗਏ ਸਨ ਪਰ ਉਹ ਮੁੰਡਾ ਨਹੀਂ ਸੀ ਭੱਜ ਸਕਿਆ ਬੱਗੇ ਨੇ ਉਹਦੇ ਡਿੱਗੇ ਪੈ ਤੇ ਦੋ ਤਿੰਨ ਟੱਕ ਹੋਰ ਮਾਰੇ ਤੇ ਫਿਰ ਹੰਕਾਰੇ ਹੋਏ ਸੱਪ ਵਾਂਗ ਦਰਵਾਜ਼ੇ ਵਾਲੀਆਂ ਚੌਂਕੜੀਆਂ ਤੇ ਆ ਕੇ ਉਹ ਬੁੱਕਣ ਲੱਗ ਪਿਆ ਸੀ ਆ ਖੜਾ ਹੋਏ ਥੋੜਾ ਜਮਾਈ ਆ ਜੋ ਪਾਲੋ ਜੇਨੇ ਸ্লামੀ ਪੋਣੀ ਆ ਓਏ ਚੌਂਕੜੀਆਂ ਤੇ ਬੈਠੀ ਟਾਣੀ ਵੀ ਹਥਲੀ ਤਾਸ਼ ਦੀ ਬਾਜੀ ਛੱਡ ਕੇ ਪਾਈ ਜਾ ਰੇ ਛਿੰਝ ਵੇਖਣ ਲੱਗ ਪਈ ਸੀ ਆਲੇ ਦੁਆਲੇ ਦੇ ਘਰਾਂ ਵਿੱਚੋਂ ਨਿਕਲ ਕੇ ਲੋਕ ਦਰਾਮੂਰੇ ਆ ਖੜੇ ਸਨ ਪਰ ਵਿੜੇ ਵਿੱਚੋਂ ਕੋਈ ਨਹੀਂ ਸੀ ਕੁਸ ਗਿਆ ਚੌਂਕੜੀਆਂ ਤੇ ਬੈਠੇ ਸ਼ੇਰੇ ਮੈਸਤਰੀ ਨੇ ਬੜਾ ਸਮਝਾਇਆ ਜਾ ਕਾਕਾ ਚਲਿਆ ਜਾ ਇੱਥੋਂ ਸਿਆਣਾ ਬਣੀਦਾ ਜਾ ਮੇਰਾ ਵੀਰ ਐਵੇਂ ਗੱਲ ਵੱਧ ਜਾਂਦੀ ਹੁੰਦੀ ਹੈ ਉਹ ਤੋ ਅੱਜ ਗੱਲ ਵਾਦੀ ਲੈਣ ਦੇ ਤਾਇਆ ਦੇਖਦਾ ਕਿੰਨੇ ਕੁ ਵਧਾਉਂਦੇ ਨੇ ਏ ਟੇੜ ਪਰ ਬੱਗਾ ਹੇਲਿਆ ਤੱਕ ਨਹੀਂ ਸੀ ਅੱਧੇ ਘੰਟੇ ਬਾਅਦ ਜਦੋਂ ਪੁਲਿਸ ਦੀ ਜੀਪ ਆਈ ਤਾਂ ਉਹ ਭੱਜ ਲਿਆ ਵੇੜੇ ਵਾਲੇ ਮੁੰਡਿਆਂ ਨੇ ਚੌਂਕੀ ਵਿੱਚ ਇਤਲਾਹ ਦੇ ਦਿੱਤੀ ਸੀ ਪਰ ਪੁਲਿਸ ਨੇ ਭੱਜਣ ਨਹੀਂ ਦਿੱਤਾ ਜਾਗਰ ਕੇ ਘਰ ਬੂਰੇ ਠੋਕਰ ਖਾ ਕੇ ਉਹ ਮੂਦੇ ਮੂੰਹ ਡਿਗ ਪਿਆ ਪੁਲਿਸ ਨੇ ਬਿੱਲੀ ਵਾਂਗ ਚਪਟ ਕੇ ਜਦੇ ਜੀਪ ਵਿੱਚ ਸੁੱਟ ਲਿਆ ਸਾਰੀ ਰਾਤ ਪੁਲਿਸ ਚੌਂਕੀ ਰੱਖਿਆ ਸਵੇਰੇ ਮਾੜੇ ਹੋਰਿਂ ਛੁਡਾ ਕੇ ਲਿਆਏ ਸਨ ਮਾੜੇ ਗਿਆ ਨਾਲ ਉਹਦੀ ਖਾਸੀ ਬਣਦੀ ਸੀ ਬੱਗੇ ਕੀ ਆਪਦੀ ਜ਼ਮੀਨ ਤਾਂ ਸਾਰੀ 5 ਕੁ ਵਿਗੇਈ ਸੀ ਪਰ ਕਿਸੇ ਵਕਤ ਪੂਰੀ 8 ਕੀਲੇ ਹੁੰਦੀ ਸੀ ਉਹਨਾਂ ਦਾ ਬਾਪ ਨੇਕ ਚੋਟੀ ਦਾ ਅਮਲੀ ਸੀ ਸਾਰੀ ਜ਼ਮੀਨ ਉਹ ਕਾਲੀ ਨਾਗਣੀ ਦੀ ਬਲੀ ਚੜਾ ਕੇ ਮਰਿਆ 5 ਵਿਗੇ ਰਹਿਂਦੀ ਤੇ ਹੀ ਮਰ ਗਿਆ ਜੇ ਕਿਤੇ ਜਿਉਂਦਾ ਰਹਿੰਦਾ ਤਾਂ ਇਹਨੂੰ ਵੀ ਬਿਲੇ ਲਾ ਕੇ ਜਾਂਦਾ ਬੱਗੇ ਹੋਰੀ ਤਿੰਨ ਭਾਈ ਤੇ ਤਿੰਨ ਭੈਣਾਂ ਸਨ ਕੁੜੀਆਂ ਨੂੰ ਤਾਂ ਨੇਕ ਜਿਵੇਂ ਕਿਵੇਂ ਵਿਆਹ ਗਿਆ ਸੀ ਪਰ ਬੱਗੇ ਹੋਰੀ ਰਹਿ ਗਏ ਸਨ ਨੇਕ ਗੱਡੀ ਚੱਲ ਗਿਆ ਤਿੰਨੇ ਛੜੇ ਛਲੇਡੇ ਪੰਜ ਵਿੱਗੇ ਤੇ ਸਾਖ ਕਿਹੜਾ ਕਰਦਾ ਜੇਕਰ ਕੋਈ ਸਾਖ ਵਾਲਾ ਆਉਂਦਾ ਵੀ ਲੋਕ ਰਾਹ ਵਿੱਚੋ ਹੀ ਮੋੜ ਦਿੰਦੇ ਘਰ ਤੱਕ ਤਾਂ ਕਿਸੇ ਨੂੰ ਹੀ ਪਹੁੰਚਣ ਦਿੰਦੇ ਉਹਨਾਂ ਦੀ ਮਾਂ ਸੀਤੋ ਪਹਿਲਾ ਨੇਕ ਦੀ ਜਾਨ ਨੂੰ ਕਲਪਦੀ ਰਹੀ ਸੀ ਉਹਦੀ ਮੌਤ ਪਿੱਛੋਂ ਮੁੰਡਿਆਂ ਦੇ ਰਿਸ਼ਤੇ ਬਾਰੇ ਝੂੜਦੀ ਰਹਿੰਦੀ ਨਾ ਕੁਝ ਬੜਨਾ ਸੀ ਨਾ ਬਣਿਆ ਵਿਚਕਾਰਲਾ ਮੁੰਡਾ ਜ਼ੋਰਾਤਾ ਜਿਵੇਂ ਕਿਵੇਂ ਲਾਗਲੇ ਸ਼ਹਿਰ ਵਿੱਚ ਇੱਕ ਫੈਕਟਰੀ ਵਿੱਚ ਜਾ ਲੱਗਾ ਸੀ ਉੱਥੇ ਹੀ ਰਹਿੰਦਾ ਵਰੀ ਸ਼ਮਾਹੀ ਹੀ ਪਿੰਡ ਗੇੜਾ ਮਾਰਦਾ ਆਪਣੇ ਢਾਈਪਾ ਖਿਚੜੀ ਅੱਡ ਹੀ ਪਕਾਉਂਦਾ ਵੱਡਾ ਕੇਸਰ ਵੀ ਇੱਕ ਪ੍ਰਾਈਵੇਟ ਬੱਸ ਤੇ ਕੰਡਕਟਰ ਜਾ ਲੱਗਾ ਸੀ ਪਰ ਬੱਗਾ ਕਿਸੇ ਬਾਡੇ ਨਹੀਂ ਸੀ ਪਿਆ ਮੈਸਾਂ ਤੇ ਖੇਤੀ ਨਾਲ ਠੋਕਾ ਠਾਕੀ ਕਰੀ ਜਾਂਦਾ ਪੰਜ ਵਿੱਗੇ ਵਿੱਚੋਂ ਕੀ ਨਾਉਂਦਾ ਤੇ ਕੀ ਨਿਚੋੜਦਾ ਕੁਝ ਵਿੱਚ ਕਣਕਚਰੀ ਵੀਜ ਲੈਂਦਾ ਕੁਝ ਵਿੱਚ ਸਬਜ਼ੀਆਂ ਲਾ ਲੈਂਦਾ ਉਸ ਵਿੱਚੋਂ ਵੀ ਅੱਧਾ ਸ਼ੀਰਾ ਦੀ ਝੋਲੀ ਵਿੱਚ ਜਾ ਪਾਉਂਦਾ ਜੇ ਕੋਈ ਰੋਕਦਾ ਤਾਂ ਅਗਲੇ ਦੇ ਗੜ ਨੂੰ ਆਂਦਾ ਵੱਟ ਨਾਲ ਵੱਟ ਲੱਗਦੀ ਹੋਣ ਕਰਕੇ ਮਾੜੇ kia ਨਾਲ ਬੱਗੇ ਦਾ ਜੁੱਟ ਸੀ ਉਨਾ ਨਾਲ ਉਹ ਹਾੜੀ ਸੋਣੀ ਸਾਰੀ ਫਸਲ ਵੜਾ ਕਢਾ ਦਿੰਦਾ ਉੰਜ ਵੀ ਜਦੋਂ ਲੋੜ ਹੁੰਦੀ ਤਾਂ ਦਿਹਾੜੀ ਜੋਤਾਂ ਵੀ ਲਵਾ ਦਿੰਦਾ ਮਾੜੇ ਹੋਰੀ ਉਹਨੂੰ ਨਾਲ ਦਾ ਖਾਣ ਪੀਣਨ ਨੂੰ ਦੇ ਦਿੰਦੇ ਬਸ ਇਸ ਨਾਲ ਹੀ ਬੱਗਾ ਖੁਸ਼ ਪਰ ਇੱਕ ਗੱਲ ਮਾੜੀ ਹੋਈ ਸੀ ਪਹਿਲਾਂ ਤਾਂ ਉਹ ਕਿਸੇ ਨਸ਼ੇ ਨੂੰ ਜੀਵ ਤੇ ਨਹੀਂ ਸੀ ਧਰਦਾ ਪਰ ਜਿਸ ਦਿਨ ਦਾ ਮਾੜੇ ਕਿਆ ਨਾਲ ਉਹਦਾ ਸਹਿਚਾਰ ਹੋਇਆ ਸੀ ਨਸ਼ੇ ਤੋਂ ਬਗੈਰ ਉਹ ਅੱਖ ਹੀ ਨਾ ਖੋਲਦਾ ਸਰੀਰ ਦਾ ਤਕੜਾ ਸੀ ਵੱਧ ਕੰਮ ਲੈਣ ਲਈ ਮਾਰੇ ਹੋਰੀ ਪਹਿਲਾਂ-ਪਹਿਲਾਂ ਉਹਦੀ ਚਾਹ ਵਿੱਚ ਅਫੀਮ ਪਾ ਦਿੰਦੇ ਕਦੇ ਭੁੱਕੀ ਉਬਾਲ ਦਿੰਦੇ ਤੇ ਕਦੇ ਉਹਨੂੰ ਘਰ ਦੀ ਕੱਢੀ ਹੋਈ ਵਿੱਚੋਂ ਛੱਟ ਲਵਾ ਦਿੰਦੇ ਹੌਲੀ-ਹੌਲੀ ਜਿਵੇਂ ਉਹ ਪਾੜੇ ਤੇ ਲੱਗ ਗਿਆ ਸੀ ਜਦੋਂ ਵੀ ਨਸ਼ੇ ਦੀ ਤੋਟ ਹੁੰਦੀ ਉਹ ਮਾਰੇ ਕੋਲ ਜਾ ਵੱਜਦਾ ਉਥੋਂ ਉੱਠਦਾ ਤਾਂ ਸ਼ੀਰਾਂ ਦੇ ਜਾ ਵੱੜਦਾ ਬਸ ਦੋ ਹੀ ਟਿਕਾਣੇ ਸਨ ਆਥਣੇ ਜਦੋਂ ਉਹ ਖੇਤੋਂ ਮਹਿਸਾ ਲੈ ਕੇ ਘਰ ਨੂੰ ਮੁੜਦਾ ਦਰਵਾਜ਼ੇ ਵਾਲੀਆਂ ਚੌਂਕੜੀਆਂ ਕੋਲ ਬਰੋਟੇ ਦੇ ਪੱਤਿਆਂ ਦੇ ਬਲਦ ਗੱਡੇ ਬਣਾਵਣਾ ਖੇਡਦੇ ਜਵਾਕ ਉਹਨੂੰ ਵੇਖ ਕੇ ਰੋਲਾ ਪਾਉਣ ਲੱਗ ਪੈਂਦੇ। ਬੱਗਾ ਢੋਲ ਹੋਏ, ਬੱਗਾ ਪਲਵਾਨ ਹੋਏ, ਬੱਗਾ ਬਦਮਾਰ। ਖੜ ਜੋ ਥੋਡੀ ਦਾਦੀ ਨੂੰ ਲੈ ਜਾਣ ਚੋਰ ਥੋਡੀ ਦਾਦੀ ਨੂੰ। ਜਵਾਕਾਂ ਦਾ ਆਖਰੀ ਲਫ਼ਜ਼ ਪੂਰਾ ਹੋਣ ਤੋਂ ਪਹਿਲਾਂ ਹੀ ਚੌਂਕੜੀਆਂ ਤੇ ਬੈਠੀ ਢਾਣੀ ਵਿੱਚੋਂ ਕੋਈ ਜਣਾ ਦਵਕਾ ਮਾਰ ਕੇ ਉਹਨਾਂ ਨੂੰ ਭਜਾ ਦਿੰਦਾ। ਪਰ ਬੱਗਾ ਪੱਜੇ ਜਾਂਦੇ ਜਵਾਕਾਂ ਵੱਲ ਵੇਖ ਕੇ ਮੌਸਕੜੀਆਂ ਹੱਸਣ ਲੱਗਦਾ ਮੈਸਾਂ ਅਗਾਹ ਬਹੀ ਦਾ ਮੋੜ ਵੀ ਮੁੜ ਜਾਂਦੀਆਂ ਉਹ ਭੁੱਲੇ ਭੂਤ ਵਾਂਗ ਉੱਥੇ ਹੀ ਖੜਾ ਜਵਾਕਾਂ ਵੱਲ ਚੱਕੀ ਜਾਂਦਾ ਜਿਉਂ-ਜਿਉਂ ਭੱਜੇ ਜਾਂਦੇ ਜਵਾਕਾਂ ਵੱਲ ਵੇਖਦਾ ਜਾਂਦਾ ਤਿਉਂ-ਤਿਉਂ ਉਹਦੀਆਂ ਅੱਖਾਂ ਮੂਰੇ ਉਹਦਾ ਬਚਪਨ ਪਾਣੀ ਵਾਂਗ ਤੈਰਨ ਲੱਗਦਾ ਬੱਗਾ ਢੋਲ ਹੋਏ ਬੱਗਾ ਪਹਿਲਵਾਨ ਹੋਏ ਬੱਗਾ ਬਦਮਾਸ਼ ਹੋਏ ਜਦੋਂ ਤੱਕ ਰੌਲਾ ਪਾਉਂਦੇ ਭੱਜੇ ਜਾਂਦੇ ਜਵਾਕਾਂ ਹੱਟੀ ਵਾਲਾ ਮੋੜ ਨਾ ਮੁੜ ਜਾਂਦੇ ਤਾਂਦ ਤੱਕ ਉਹਨੂੰ ਕਈ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਸਭ ਤੋਂ ਪਹਿਲਾਂ ਬਚਪਨ ਦੀਆਂ ਆਵਾਜ਼ਾਂ ਸੁਣਦੀਆਂ ਫਿਰ ਜਵਾਨੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਤੇ ਫਿਰ ਅੱਜ ਕੱਲ ਦੀਆਂ ਅਖੀਰ ਆਵਾਜ਼ਾਂ ਦਾ ਇੱਕ ਸ਼ੋਰ ਉਹਦੇ ਦਿਮਾਗ ਨੂੰ ਚੜਨ ਲੱਗਦਾ ਉਸ ਸ਼ੋਰ ਵਿੱਚੋਂ ਸਭ ਤੋਂ ਪਹਿਲਾਂ ਉਹਨੂੰ ਬੱਗਾ ਢੋਲ ਭੱਜਿਆ ਜਾਂਦਾ ਦਿਖਾਈ ਦੇਣ ਲੱਗ ਪੈਂਦਾ ਉਹਦੀ ਮਾਂ ਸੀ ਤੋਂ ਦੱਸਦੀ ਹੁੰਦੀ ਨਿਆਣਾ ਹੁੰਦਾ ਉਹ ਹੱਦੋਂ ਵੱਧ ਗੋਰਾ ਹੁੰਦਾ ਸੀ ਚਿੱਟਾ-ਚਿੱਟਾ ਤੇ ਬੱਗਾ-ਬੱਗਾ ਸਾਰੇ ਜਵਾਕਾਂ ਤੋਂ ਸੋਹਣਾ ਬੀਹੀ ਦਾ ਹਰੇਕ ਆਉਂਦਾ ਜਾਂਦਾ ਬੰਦਾ ਉਹਨੂੰ ਗੋਦੀ ਚੁੱਕ ਕੇ ਲੰਘਦਾ ਜਿਹੜਾ ਵੀ ਉਹਨੂੰ ਚੁੱਕਦਾ ਹਰੇਕ ਬੱਗਾ-ਬੱਗਾ ਕਹਿ ਕੇ ਬੁਲਾਉਂਦਾ ਸੀਤੋ ਨੂੰ ਨਾਂ ਰੱਖਣ ਦੀ ਲੋੜ ਹੀ ਨਹੀਂ ਸੀ ਪਈ ਹੌਲੀ-ਹੌਲੀ ਉਹਦਾ ਨਾਂ ਬੱਗਾ ਹੀ ਪੱਕ ਗਿਆ ਸੀ ਜਦੋਂ 4-5 ਕੁ ਸਾਲ ਦਾ ਹੋਇਆ ਅਚਾਨਕ ਹੀ ਉਹਦਾ ਢਿੱਡ ਖਾਸਾ ਵੱਧ ਗਿਆ ਆਮ ਜਵਾਕਾਂ ਵਿੱਚ ਫਿਰਦਾ ਉਹ ਅੱਡ ਹੀ ਦਿਸਦਾ ਜਵਾਕ ਉਹਦੇ ਢੱਡ ਵੱਲ ਝਾਕ ਕੇ ਢੋਲ ਓਏ ਢੋਲ ਓਏ ਕਹਿ ਕੇ ਛੇੜਿਆ ਕਰਨ ਪਹਿਲਾਂ ਪਹਿਲਾਂ ਤਾਂ ਉਹ ਕੁਝ ਨਹੀਂ ਸੀ ਕਹਿੰਦਾ ਪਰ ਜਦੋਂ ਜਵਾਕ ਉਹਦੇ ਢੱਡ ਵਿੱਚ ਠੋਲੇ ਹੀ ਲਾਉਣ ਲੱਗ ਪਿਆ ਤਾਂ ਉਹ ਹਰਖਣ ਲੱਗ ਪਿਆ ਮੈਨੂੰ ਢੋਲਣਾ ਤਹੋ ਏ ਮੈਨੂੰ ਢੋਲਣਾ ਤਹੋ ਪਰ ਜਵਾਕ ਨਹੀਂ ਸੀ ਹਟੇ ਉਲਟਾ ਸਾਰਾ ਬਿਹੀ ਵਿੜੈ ਯੋ ਨੂੰ ਬੱਗਾ ਢੋਲ ਆਖਣ ਲੱਗ ਪਿਆ ਸੀ ਜਦੋਂ ਤੱਕ ਉਹਨੇ ਜਵਾਨੀ ਵਿੱਚ ਪੈਰ ਨਾ ਧਰਿਆ ਤਾਂ ਤਦ ਤੱਕ ਉਹ ਸਾਰੇ ਪਿੰਡ ਵਿੱਚ ਬੱਗਾ ਢੋਲ ਹੀ ਵੱਜਦਾ ਰਿਹਾ ਜਦੋਂ ਉਸ ਤੇ ਜਵਾਨੀ ਆਈ ਉਹ ਵੀ ਹੀ ਵੇੜੇ ਦੇ ਸਾਰੇ ਮੁੰਡਿਆਂ ਨੂੰ ਫਾੜੀ ਕਰ ਗਿਆ ਉੱਚਾ ਲੰਮਾ ਕੱਦ ਕਿੱਕਰ ਦੇ ਮੋਛੇ ਵਰਗੇ ਅੰਗ ਮੂੰਹ ਪਰਮਾ ਦਾੜੀ ਮੁੱਛਾਂ ਕੈਂਚੀ ਨਾਲ ਕੁੱਤਰੀਆਂ ਹੋਈਆਂ ਹੁੰਦੀਆਂ ਜਿੱਧਰ ਦੀ ਵੀ ਲੰਘਦਾ ਲੋਕ ਮੋਰੀਆਂ ਵਿੱਚ ਦੀ ਦੇਖਦੇ ਸਨ ਬਾਰਲੇ ਸਕੂਲ ਵਿੱਚ ਪੰਡ ਦੇ ਸ਼ੌਕੀਨ ਮੁੰਡਿਆਂ ਨੇ ਕਬੱਡੀ ਖੇਡਣ ਲਈ ਗਰਾਊਂਡ ਬਣਾਇਆ ਹੋਇਆ ਸੀ। ਬੱਗਾ ਵੀ ਉੱਥੇ ਚលਿਆ ਜਾਂਦਾ। ਪਕੜ ਐਸੀ ਕਰਦਾ ਕਿ ਉਹੀ ਰੋਪੜੀ ਜੰਦਾ ਲਾ ਦਿੰਦਾ। ਉਹਦੀ ਕੈਂਚੀ ਬੜੀ ਮਸ਼ਹੂਰ ਸੀ। ਕਈ ਮੁੰਡੇ ਕੁਸ਼ਤੀ ਵੀ ਲੜਦੇ ਸਨ। ਦੇਖਾ-ਦੇਖੀ ਬੱਗਾ ਵੀ ਕੁਸ਼ਤੀ ਵਿੱਚ ਫਾਨਾ ਉਡਾ ਲੈਂਦਾ। ਜਿਹਦੇ ਨਾਲ ਵੀ ਉਹਦਾ ਜ਼ਫਰ ਪੈਂਦਾ ਅਗਲੇ ਨੂੰ 5 ਮਿੰਟ ਵਿੱਚ ਹੀ ਪਟਕਾ ਕੇ ਪਿੱਠ ਪਰਨੇ ਮਾਰਦਾ। ਜਿਸ ਕਾਰਨ ਹਰੇਕ ਮੁੰਡਾ ਉਸ ਨਾਲ ਜਾਫਾ ਲੋੜ ਤੋਂ ਜਰਕਦਾ ਪਿੰਡ ਦੀਆਂ ਸਲਾਨਾ ਖੇਡਾਂ ਵਿੱਚ ਉਹ ਅਜਿਹੇ ਅਲੋਕਾਰੀ ਕਰਤਵ ਦਿਖਾਉਂਦਾ ਕਿ ਲੋਕਾਂ ਦੀਆਂ ਉਂਗਲੀਆਂ ਮੋਹ ਵਿੱਚ ਆ ਜਾਂਦੀਆਂ ਪੰਗੜੇ ਵਾਲੇ ਢੋਲ ਦੇ ਖੜਾਕੇ ਵਿੱਚ ਜਦੋਂ ਉਹ ਕੁਆਂਟਲ ਦੀ ਬੋਰੀ ਚੁੱਕ ਕੇ ਮੋਢਿਆਂ ਤੇ ਰੱਖਦਾ ਮਾੜੇ ਬੰਦਿਆਂ ਨੂੰ ਆਪਣੀਆਂ ਹੱਡੀਆਂ ਜਰਕਦੀਆਂ ਮਹਿਸੂਸ ਹੁੰਦੀਆਂ ਉਨ੍ਹੀ ਦਿਨੀ ਉਹ ਪਿੰਡ ਵਿੱਚ ਹੀ ਨਹੀਂ ਸਾਰੇ ਇਲਾਕੇ ਵਿੱਚ ਬੱਗੇ ਢੋਲ ਦੀ ਥਾਂ ਬੱਗਾ ਪਲਵਾਨ ਬਣ ਕੇ ਉੱਭਰਿਆ ਸੀ ਸਾਰੇ ਲੋਕ ਉਹਨੂੰ ਬੱਗਾ ਪਲਵਾਨ ਆਖਦੇ ਪਰ ਅਚਾਨਕ ਹੀ ਵਕਤ ਨੇ ਐਸਾ ਮੋੜ ਕਟਿਆ ਕਿ ਪਤਾ ਹੀ ਨਾ ਲੱਗਾ ਬੱਗਾ ਢੋਲ ਤੇ ਬੱਗਾ ਪਲਵਾਨ ਵਕਤ ਦੀ ਧੂੜ ਵਿੱਚ ਕਿੱਥੇ ਗਵਾਚ ਗਿਆ ਉਹਦਾ ਤੀਜਾ ਨਮਾ ਹੀ ਰੂਪ ਸਾਹਮਣੇ ਆਇਆ ਸੀ ਬੱਗਾ ਬਦਮਾਸ਼ ਜਦੋਂ ਬੜਾ ਪਾਈ ਕੇਸਰ ਵੀ ਝਾੜੀਆਂ ਤੋਂ ਟੱਪ ਗਿਆ ਵਿਚਕਾਰਲਾ ਜੋਰਾ ਵੀ ਝਾੜੀਆਂ ਦੇ ਨੇੜੇ ਜਾ ਟੁੱਕਿਆ ਬੱਗੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਵੀ 35 ਸਾਲਾਂ ਦਾ ਹੋ ਚੱਲਿਆ ਸੀ। ਪਰ ਸਾਖ ਅਜੇ ਤਿੰਨ ਭਾਈਆਂ ਦੇ ਕੋਲ ਦੀ ਵੀ ਨਹੀਂ ਸੀ ਲੰਘਿਆ। ਘਰ ਦੀ ਮਾੜੀ ਹਾਲਤ ਤੇ ਮੁਠੀ ਪਰ ਜ਼ਮੀਨ ਸਾਖ ਵਾਲਿਆਂ ਨੂੰ ਪੁੱਠੇ ਪੈਰੀ ਮੋੜ ਦਿੰਦੀ। ਕੇਸਰ ਤੇ ਜ਼ੋਰੇ ਦੀ ਤਾਂ ਕਿਸੇ ਨੇ ਕਦੇ ਕੋਈ ਗੱਲ ਨਹੀਂ ਸੀ ਸੁਣੀ। ਪਰ ਬੱਗੇ ਦੀ ਸ਼ੀਰਾ ਨਾਲ ਅੜੀ ਸੰਗਲੀ ਦਾ ਖੜਾਕਾ ਸਾਰੇ ਪਿੰਡ ਨੂੰ ਸੁਣ ਗਿਆ। ਹੀਰ ਰਾਂਝੇ ਦੇ ਕਿਸੇ ਵਾਂਗ ਉਹਨਾਂ ਦਾ ਕਿੱਸਾ बच्चे बच्चे ਦੀ ਜ਼ੁਬਾਨ ਤੇ ਚੜ ਗਿਆ ਸਾਰਾ ਪਿੰਡ ਉਹਨਾਂ ਦੇ ਸਬੰਧਾਂ ਵਿੱਚੋਂ ਨਿਕਲੇ ਧੂਏ ਨਾਲ ਖੌਂ ਖੌਂ ਕਰਨ ਲੱਗ ਪਿਆ ਸੀ ਇੱਕ ਵਾਰੀ ਲੋਹੜੀ ਵਾਲੇ ਦਿਨ ਤਾਂ ਬੱਗੇ ਨੇ ਉਹੀ ਧੂਖੜ ਉਠਾਲ ਦਿੱਤਾ ਸੀ ਪਿੰਡ ਦੇ ਲੋਕਾਂ ਨੇ ਪਾਥੀਆਂ ਲੱਕੜਾਂ ਇਕੱਠੀਆਂ ਕਰਕੇ ਚੌਂਕੜੀਆਂ ਵਾਲੇ ਦਰਵਾਜ਼ੇ ਵਿੱਚ ਧੂਣੀ ਲਾਈ ਹੋਈ ਸੀ ਬੱਚੇ ਬੁੱਢੇ ਜਵਾਨ ਪਰਮਾ ਇਕੱਠ ਸੀ ਇੱਕ ਪਾਸੇ ਰਿਓੜੀ ਗੱਚਕ ਦੀ ਕੜਕੜਕ ਹੁੰਦੀ ਦੂਜੇ ਪਾਸੇ ਕੋਈ ਗੀਤ ਬੋਲੀ ਜਾਂ ਕਹਾਣੀ ਤੁਰ ਪੈਂਦੀ ਖਾਸੀ ਰੌਣਕ ਸੀ ਫੜਾਕ ਅਚਾਨਕ ਹੀ ਚੌਂਕੜੀਆਂ ਤੇ ਖੜਾ ਕਾਜਾ ਹੋਇਆ ਹਰ ਕੋਈ ਤਰਬਕ ਗਿਆ ਜਦੋਂ ਲੋਕਾਂ ਨੇ ਸਿਰ ਪੁਆ ਕੇ ਵੇਖਿਆ ਬੱਗਾ ਡਾਂਗ ਚੁੱਕੀ ਖੜਾ ਸੀ ਉਹਨੇ ਚੌਂਕੜੀਆਂ ਤੇ ਡਾਂਗ ਮਾਰੀ ਸੀ ਮਾੜੇ ਕੇ ਘਰੋਂ ਉਹ ਸ਼ਰਾਬ ਨਾਲ ਰੱਜ ਕੇ ਆਇਆ ਸੀ ਓਏ ਆ ਜਾ ਵੈਲੀਆ ਤੂੰ ਨਹੀਂ ਸੇਕ ਲੈ ਚਾਰ ਰਿਓੜੀਆਂ ਖਾ ਲੈ ਬਹਿ ਕੇ ਤੂਣੀ ਤੇ ਬੈਠੇ ਲੋਕਾਂ ਵਿੱਚੋਂ ਮਿੰਦਰ ਕਾਣੇ ਨੇ ਸੋਲਾ ਮਾਰੀ ਉਹੀਂ ਫੂਕ ਤੋਂ ਦੁਨੀਆ ਕਿਹੜਾ ਰੋਕ ਲੂ ਜੱਟ ਨੂੰ ਸ਼ੇਰਾਂ ਦੇ ਘਰੇ ਜਾਣੋ ਹੈ ਕਿਸੇ ਚ ਹਿੰਮਤ ਆ ਜਾਓ ਟੱਕਰ ਲਓ ਆ ਖੜਾ ਤੁਹਾਡਾ ਜਮਾਈ ਜਵਾਬ ਵਿੱਚ ਉਹਨੇ ਕਿੰਨਾ ਹੀ ਕੁਝ ਬੋਲ ਛੱਡਿਆ ਸਾਰੀ ਤੂਣੀ ਤੇ ਸਨ ਵਰਤ ਗਈ ਤੂਣੀ ਦੁਆਲੇ ਬੈਠੇ ਲੋਕਾਂ ਵਿੱਚ ਬੇੜੇ ਦੇ ਵੀ ਦੋ ਤਿੰਨ ਬੰਦੇ ਬੈਠੇ ਸਨ ਉਹ ਮਲਕ ਦੇ ਨੇ ਘਰਾਂ ਨੂੰ ਖਿਸਕ ਗਏ ਬੱਗਾ ਉੱਥੇ ਖੜਾ ਖਾਸਾ ਚਿਰ ਆਵਾ ਤਵਾ ਬੋਲਦਾ ਰਿਹਾ ਫਿਰ ਲੋਕਾਂ ਦੇ ਕਹਿਣ ਤੇ ਮਾੜਾ ਹੀ ਉਹਨੂੰ ਘਰੇ ਛੱਡ ਕੇ ਆਇਆ ਉਹਨਾਂ ਦੇ ਜਾਂਦਿਆਂ ਹੀ ਧੂਣੀ ਦਵਾਲੇ ਬੈਠੇ ਕਈ ਬੰਦੇ ਦੋਮਾਂ ਬਾਰੇ ਗੱਲਾਂ ਕਰਨ ਲੱਗੇ ਉਸ ਦਿਨ ਵੀ ਬੱਗਾ ਮਾੜੇ ਕੇ ਖੇਤੋਂ ਹੀ ਰੱਜ ਕੇ ਆਇਆ ਸੀ ਸ਼ਰਾਬ ਨਾਲ ਪੂਰੀ ਤਰ੍ਹਾਂ ਅੰਨ੍ਹਾ ਹੋਇਆ ਪਿਆ ਮੈਸਾਂ ਘਰੇ ਬੰਨ ਕੇ ਉਹ ਦਰਵਾਜ਼ੇ ਵਿੱਚੋਂ ਦੀ ਲੰਘ ਕੇ ਟੋਬੇ ਕੋਲ ਦੀ ਟੇਡਾ ਟੇਡਾ ਸ਼ੀਰਾਂ ਦੇ ਘਰੇ ਜਾਵੜਿਆ ਸੀ ਸ਼ੀਰਾ ਨਹੀਂ ਸ਼ੀਰਾ ਅੰਦਰ ਜਾਂਦਿਆਂ ਹੀ ਉਹ ਥਥਲੌਦੀ ਆਵਾਜ਼ ਵਿੱਚ ਬੋਲਿਆ ਬੇ ਆ ਜਾ ਬੱਗਿਆ ਗਾਹਾਂ ਹੀ ਆ ਜਾ ਮੈਂ ਤਾਂ ਜਵਾਕਾਂ ਤੋਂ ਆ ਸਿਰ ਜਿਆ ਘਟਾਉਂਦੀ ਸੀ ਟਹਿ ਜਾਣਾ ਉਹੀ ਪਾਟਣ ਤੇ ਆਇਆ ਪਿਆ ਤੜਕੇ ਦਾ ਸ਼ੀਰਾ ਆ ਗਾਂ ਵਾਲੇ ਕਮਰੇ ਵਿੱਚ ਬਾਣ ਦੇ ਮੰਝੇ ਤੇ ਪਈ ਜਵਾਕਾਂ ਤੋਂ ਸਿਰ ਕਟਵਾ ਰਹੀ ਸੀ ਸਿਰਦ ਵਾਲੇ ਉਹਨੇ ਗੱਠ ਦੇ ਕੇ ਚੁੰਨੀ ਬੰਨੀ ਹੋਈ ਸੀ ਕੀ ਹੋ ਗਿਆ ਤੇਰੇ ਸਿਰ ਨੂੰ ਆ ਲੋਏ ਜਵਾਕੋ ਚੀਜੀ ਜਾਓ ਮੇਰਾ ਪੁੱਤ ਬਾਹਰ ਜਾ ਕੇ ਖਾਓ ਨਾਲੇ ਖੇਡੋ ਜੇਬ ਵਿੱਚੋਂ ਪਕੌੜੀਆਂ ਵਾਲਾ ਲਫਾਫਾ ਕੱਢ ਕੇ ਜਵਾਕਾਂ ਨੂੰ ਫੜਾਉਂਦਾ ਹੋਇਆ ਉਹ ਸ਼ੀਰਾਵਾਲੇ ਮੰਜੇ ਤੇ ਹੀ ਬੈਠ ਗਿਆ ਚੀਜੀ ਹੋਏ ਚੀਜੀ ਹੋਏ ਪਕੌੜੀਆਂ ਵਾਲਾ ਲਫਾਫਾ ਫੜਨਸਾਰ ਹੀ ਦੁੜੰਗੇ ਮਾਰਦੇ ਜਵਾਕ ਬਾਹਰ ਨੂੰ ਉੱਡ ਲਏ ਸਨ ਹਾਂ ਹੁਣ ਦੱਸ ਤੇਰਾ ਕੀ ਦੁੱਖਦਾ ਤੇ ਕੀ ਨਹੀਂ ਦੁੱਖਦਾ ਜਵਾਕਾਂ ਦੇ ਜਾਂਦਿਆਂ ਹੀ ਬੱਗਾ ਮੰਝੇ ਤੇ ਨੂੰ ਟੇਡਾ ਹੋ ਗਿਆ ਨਾਲ ਦੀ ਨਾਲ ਸ਼ੀਰਾ ਮੰਝੇ ਤੋਂ ਉੱਤਰ ਕੇ ਪਰਾਂ 'ਚ ਆ ਖੜੀ ਦੇਖੀ ਬਦਮਾਸ਼ਾ ਅੱਜ ਰੱਜਿਆ ਫਿਰਦਾ ਕੰਧ ਕੋਲ ਪਈ ਪੀੜੀ ਢੋਂਦਿਆਂ ਉਹ ਬੋਲੀ ਪੀੜੀ ਤੇ ਕਿਉਂ ਬੈ ਗਈ ਜੇ ਪਰਾਂ 'ਈ ਬੈਠਣਾ ਤਾਂ ਉਹ ਲਟੈਣ ਤੇ ਚੜ ਜਾ ਜਾ ਸ਼ੀਰਾ ਦਾ ਮੰਝੇ ਤੋਂ ਉੱਤਰ ਕੇ ਪੀੜੀ ਤੇ ਬੈਠਣਾ ਉਹਨੂੰ ਪਸੰਦ ਨਹੀਂ ਸੀ ਆਇਆ ਲਟੈਣ ਤੇ ਕਿਉਂ ਤੇਰੇ ਸਿਰ ਚ ਬੈਠ ਜਾਨੀ ਆ ਭੁੰਨਣਿਆ ਸ਼ੀਰਾਂ ਦੇ ਕਾਲੇ ਕਲੂਟੇ ਬੁੱਲਾਂ ਤੇ ਮੀਸਣਾ ਜਿਹਾ ਹਾਸਾ ਨੱਚ ਰਿਹਾ ਸੀ ਚੱਲ ਬਹੁਤੀ ਲਕੜ ਬਕੜਨਾ ਕਰ ਲਿਆ ਮੇਰੀ ਚੀਜ਼ ਫੜਾ ਕੇ ਰਾਂ ਕੱਢ ਕੇ ਤੇ ਮੈਂ ਚੱਲਦਾ ਬਣਾ ਅੱਜ ਕੰਮ ਐ ਮੈਨੂੰ ਕੋਈ ਜ਼ਰੂਰੀ ਬੱਗਾ மஞ்சੇ ਤੋਂ ਉੱਠ ਕੇ ਬੈਠ ਗਿਆ ਚੀਜ਼ ਵੇ ਕਿਹੜੀ ਚੀਜ਼ ਟੇਕਾ ਨਾ ਹੋਵੇ ਚੀਜ਼ ਦਾ ਸ਼ੀਰਾਂ ਦੇ ਮੱਥੇ ਤੇ ਤਿਉੜੀਆਂ ਦਾ ਜਾਲ ਵਿਸ਼ ਗਿਆ ਹੁਣ ਚੀਜ਼ ਵੀ ਸਮਝਾਉਣੀ ਪਾਉ ਸ਼ਾਂਪ ਲਿਆ ਕੱਢ ਕੇ ਕਿੱਥੇ ਰੱਖੀ ਹੋਈ ਐ ਨਖਰੇ ਕਰਦੀ ਐ ਉੱਠ ਕੇ ਨੇੜੇ ਨੂੰ ਆਂਦਾ ਹੋਇਆ ਉਹ ਬੋਲਿਆ ਸ਼ਾਂਪ ਕਮੜਾ ਤਾਂ ਨਹੀਂ ਹੋ ਗਿਆ ਤੂੰ ਲੱਗਦਾ ਬਹੁਤੀ ਪੀ ਕੇ ਤੇਰਾ ਦਿਮਾਗ ਹਿੱਲ ਗਿਆ ਅੱਜ ਜਿਹੜਾ ਉਹੀ ਓਪਰੀਆਂ ਓਪਰੀਆਂ ਜੀਆਂ ਗੱਲਾਂ ਕਰੀ ਜਾਂਦਾ ਪੀੜੀ ਤੋਂ ਉੱਠਦੀ ਹੋਈ ਸ਼ੀਰਾ ਨੇ ਸਾਫ਼ ਹੀ ਝੱਗਾ ਚੁੱਕ ਦਿੱਤਾ ਜਿਹੜੀ ਮੇਰੇ ਭਾਂਜੇ ਦੇ ਵਿਆਹ ਚ ਪਾਈ ਤੀ ਉਹਨਾਂ ਨੇ ਮੈਨੂੰ ਹੋਰ ਕਿਹੜੀ ਸ਼ਾਂਪ ਹੈ ਸ਼ੀਰਾਂ ਦੀ ਗੱਲ ਸੁਣ ਕੇ ਬੱਗੇ ਨੂੰ ਝੋਲਾ ਝੋਲਾ ਜਿਹਾ ਦਿਸਣ ਲੱਗ ਪਿਆ। ਤੇ ਹੋਸ਼ ਕਰ ਕੁਛ। ਕੱਲ ਨੂੰ ਹੋਰ ਨਾ ਕੁਛ ਕਹਿ ਦੀ। ਅਖੇ ਸ਼ਾਂਪ ਲਿਆ ਜਿਹੜੀ ਦਿੱਤੀ ਸੀ। ਐਕਣ ਗੱਲਾਂ ਕਰਦਾ ਜਿਵੇਂ ਸੁਨਿਆਰਾਂ ਦਾ ਮੁੰਡਾ ਹੁੰਦਾ। ਨਾ ਸ਼ਾਂਪ ਕਦੇ ਤੇਰੇ ਬਾਪ ਨੇ ਵੀ ਦੇਖੀ ਐ। ਪੁੱਠੀਓ ਪੁੱਠੀ ਉਹ ਪੱਖਦੀ ਜਾ ਰਹੀ ਸੀ। ਨਾ ਮੈਂ ਟੈਮ ਟੈਮ ਤੇ ਕਦੇ 50 ਕਦੇ 100 ਲਿਆ ਕੇ ਦਿੰਦਾ ਰਿਹਾ ਕਿ ਨਹੀਂ। ਨਾ ਮੈਨੂੰ ਆਪਦੇ ਭਾਂਜੇ ਦੇ ਵਿਆਹ ਚੋਂ ਆਈ ਸ਼ਾਂਪ ਲਿਆ ਕੇ ਫੜਾਈ ਕਿ ਨਹੀਂ ਸਾਰਾ ਲੁੱਟ ਕੇ ਖਾ ਗਈ ਮੇਰਾ ਅਜੇ ਪੁੱਛਦੀ ਐ ਕਿਹੜੀ ਸ਼ਾਂਪ ਜਾਂ ਸਿੱਧੀ ਹੋ ਕੇ ਪੇਟੀ ਚੋਂ ਸ਼ਾਂਪ ਲਿਆ ਕੱਢ ਕੇ ਨਹੀਂ ਤਾਂ ਹਲਕ ਚ ਡੰਡਾ ਦੇ ਦੂੰ ਅੱਜ ਸ਼ੀਰਾਂ ਨੂੰ ਬਾਹ ਤੋਂ ਫੜ ਕੇ ਹਲੂਣ ਦਾ ਹੋਇਆ ਬੱਗਾ ਅੱਗ ਵਾਂਗ ਭੱਕ ਗਿਆ ਮੇਰੇ ਕੋਲ ਕੋਈ ਪੈਸਾ ਨਹੀਂ ਤੇਰਾ ਤੇ ਨਾ ਤੇ ਮੈਨੂੰ ਕੋਈ ਸ਼ਾਂਪ ਸ਼ੂਪ ਫੜਾਈਆ ਕਦੇ ਬੰਦਿਆਂ ਵਾਂਗ ਚਲੇ ਆ ਜਾ ਇੱਥੋਂ ਨਹੀਂ ਡੰਡ ਪਾ ਕੇ ਮੈਂ ਤਾਂ ਸਾਰਾ ਵਿੜਾ ਇਕੱਠਾ ਕਰ ਲਵਾਂ ਫੇਰ ਦੇਖੇਂਗਾ ਤਾਹਾਂ ਠਾਹਾਂਾਂ ਬਾਹਾਂ ਤੋਂ ਫੜੀ ਹੋਈ ਸ਼ੀਰਾਂ ਨੇ ਨਮਾ ਹੀ ਪੈਤੜਾ ਖੇਡਿਆ ਉਹਦੀ ਪੈਤੜੇ ਵਾਜੀ ਵੇਖ ਕੇ ਬੱਗੇ ਦੀਆਂ ਅੱਖਾਂ ਮੂਰੇ ਧੁੰਦ ਜਿਹੀ ਪਸਰ ਗਈ ਉਹਨੂੰ ਧੁੰਦਲਾ ਧੁੰਦਲਾ ਦੇਸਾਂ ਲੱਗ ਪਿਆ ਸੋਨੇ ਦੀ ਛਾਂਪ ਤੇ ਸ਼ੀਰਾਂ ਦਾ ਜਿਸਮ ਦੋਵੇਂ ਛੇਆ ਆਪਸ ਵਿੱਚ ਉਲਝ ਗਈਆਂ ਦੋਮਾ ਚੀਜ਼ਾਂ ਨੂੰ ਅੱਡੋ ਫਾਟੀ ਕਰਨ ਲਈ ਉਸ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਉਹਦੇ ਅੰਦਰਲੇ ਬਦਮਾਸ਼ ਨੇ ਬੜਕ ਮਾਰੀ ਅੱਖ ਦੇ ਪਲਕਾਰੇ ਵਿੱਚ ਹੀ ਸ਼ੀਰਾ ਦੀ ਗੁੱਤ ਉਹਦੇ ਹੱਥ ਵਿੱਚ ਸੀ ਹਾਈਵੇ ਮਾਰਤੀ ਸ਼ੀਰਾ ਨੇ ਕੂਕ ਮਾਰੀ ਤਾੜ 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 ਪਰ ਬੱਗੇ ਨੂੰ ਤਾਂ ਜਿਵੇਂ ਤਿਸ ਨੂੰ ਸੁਣਨੋਂ ਹੀ ਹਟ ਗਿਆ ਸੀ ਪਰ ਆ ਮੈਸ ਦੀ ਖੁਰਲੀ ਕੋਲ ਟੁੱਟਿਆ ਪਿਆ ਕੀਲਾ ਚੁੱਕ ਕੇ ਉਹਦਾ ਹੱਥ ਹਵਾ ਵਾਂਗ ਚੱਲਣ ਲੱਗ ਪਿਆ ਜਦੋਂ ਉਹਦੀ ਸੁਰਤੀ ਪਰਤੀ ਲੋਹ ਲੁਹਾਨ ਹੋਈ ਸ਼ੀਰਾਂ ਧਰਤੀ ਤੇ ਡਿੱਗੀ ਪਈ ਸੀ ਸ਼ੁਕਰੀਆ ਦੋਸਤੋ